ਬਾਣ ਵਾਲੇ ਤਮਾਮ ਅਜ਼ਾਦਾਰ ਪਰਦੇਦਾਰ, ਜਿਤਨੀਆਂ ਦੁਆਵਾਂ ਤੁਹਾਡੇ ਸਾਰਿਆਂ ਦੀਆਂ ਔਰ ਤੁਹਾਡੇ ਜ਼ਿੰਮੇ ਲੱਗੀਆਂ, ਜਿਤਨੀਆਂ ਦੁਆਵਾਂ ਮੇਰੀਆਂ ਔਰ ਮੇਰੇ ਜ਼ਿੰਮੇ ਲੱਗੀਆਂ, ਤਮਾਮ ਦੁਆਵਾਂ ਦੀ ਮੁਸਤਜਾਬੀਅਤ ਵਾਸਤੇ ਵੀ ਸਾਰੇ ਰਲ ਕੇ ਸਲਵਾਤ। ਮੁੰਤਕਿਮ ਆਲੇ ਮੁਹੰਮਦ, ਵਾਰਿਸ ਖੂਨੇ ਹੁਸੈਨ, ਜ਼ਾਮਨ ਨਸਲੇ ਮੁਸਤਫਾ, ਜ਼ਮਾਨਤ ਨਸਲੇ ਮੁਹੰਮਦ, ਹਕੀਕੀ ਆਇਤੁੱਲਾਹ, ਹਕੀਕੀ ਹੁਜਤੁੱਲਾਹ, ਹਕੀਕੀ ਲਿਸਾਨੁੱਲਾਹ, ਹਕੀਕੀ ਮਸ਼ੀਅਤੁੱਲਾਹ, ਹਕੀਕੀ ਕੁਦਰਤੁੱਲਾਹ, ਵਾਰਿਸ ਬਿਨਾ ਇਲਾ ਇਲਾ, ਵਾਰਿਸ ਇਨਮਾ, ਵਾਰਿਸ ਸ਼ਬੀਰ, ਵਾਰਿਸ ਤਤਹੀਰ, ਪਾਕ ਬੀਬੀ ਦਾ ਬੇਮਿਸਲ ਅਤੇ ਬੇਮਿਸਾਲ ਬਚੜਾ, ਸੁਲਤਾਨ ਜ਼ਮਾਨਾ ਸੁਲਤਾਨ ਕੈਨਾਤ ਦੀ ਜਲਦ ਆਮਦ ਵਾਸਤੇ ਜਿਸ ਸਰਦਾਰ ਦਾ ਜਿਤਨਾ ਦਿਲ ਤੜਪਦਾ ਹੈ, ਜਿਤਨਾ ਦਿਲ ਮਚਲਦਾ ਹੈ, ਉਤਨੀ ਬੁਲੰਦ ਸਲਵਾਰ। ਨਹਾਇਤ ਵਾਰਬੁਲ ਇਤਰਾਮ ਬਾਦਸ਼ਾਹ ਹੁਸੈਨ ਦੇ ਮਾਤਮੀ ਅਜ਼ਾਦਾਰ ਸਦਾ ਤੋਂ ਗੈਰ ਸਾਦਾਤ ਇਜਾਜ਼ ਤਹਿਰ ਸ਼ਾਹਦ ਅਲੀ ਅਕਬਰ ਬਾਦਸ਼ਾਹ ਦੇ ਤਯਬ ਤਾਇਰ ਬਾਬੇ ਦੀ ਤਯਬ ਤਾਇਰ ਨਲੈਨ ਸਾਫ ਕਰਕੇ ਉਸਦੇ ਥੱਲੂ ਰਿਸਕ ਇਕੱਠਾ ਕਰਨ ਵਾਲਿਆਂ ਦੀ ਲਿਸਟ ਵਿੱਚ ਮੈਂ ਆਪਣਾ ਨਾਮ ਦਰਜ ਕਰਾਂ। ਵਾਦਾ ਵਫਾ ਮਿੰਬਰ ਤਿਆਦ ਤੁਹਾਡੇ ਚਿਹਰੇ ਦੀ ਜ਼ਿਆਰਤ ਸਾਡੀ ਇਬਾਦਤ, ਆਗੋਸ਼ ਮਾਰਫਤ ਬੁਲੰਦ ਕਰੋ ਜੋ ਰਲ ਕੇ ਦਰਵਾਜ਼ਾ ਹੈ ਕਚਰੇ ਤਤਹੀਰ ਅਤੇ ਸਰਦਾ ਕਰੀ। ਜੁਮਲਾ ਪਹਿਲਾ ਕਾ ਆਗਾਜ਼ ਮਜਲਿਸ ਸੇ ਕੋਸ਼ਿਸ਼ ਕਰ ਸੋ ਮਾਹੌਲ ਵਰਾ ਜ਼ਿਕਰ ਅੱਲਾ ਪੈਦਾ ਹੋ ਜਾਵੇ, ਤੋ ਮੈਂ ਦੋ ਜੁਮਲੇ ਤੁਹਾਡੇ ਹਵਾਲੇ ਕਰਾਂ। ਜਿਵੇਂ ਮਾਲਿਕ ਕੁਲ ਬੰਦਾ ਆਇਆ ਉਸ ਅੱਗੇ ਮਾਲਿਕ ਬਾਦਸ਼ਾਹ ਸਰਦਾਰ ਸੁਲਤਾਨ ਮੇਰਾ ਸਲਾਮ, ਜਦੋਂ ਉਸ ਅੱਲਾ ਦੇ ਸਲਾਮ ਨੂੰ ਸਲਾਮ ਕੀਤਾ, ਤੁਹਾਡੇ ਮਾਹੌਲ ਪੈਦਾ ਕਰੋ, ਜਦੋਂ ਉਸ ਅੱਲਾ ਦੇ ਸਲਾਮ ਨੂੰ ਸਲਾਮ ਕੀਤਾ, ਮੇਰੇ ਬਾਦਸ਼ਾਹ ਦੇ ਸਲਾਮ ਦਾ ਜਵਾਬ ਦਿੱਤਾ। ਉਹਦਾ ਕਿ ਮਾਲਕ ਕੇ ਫਰਮਾਓ ਵੀ ਕਿਹੜੀਆਂ ਇਬਾਦਤਾਂ ਨੇ ਵੀ ਜਿਹੜੀਆਂ ਹੈਨ ਵੀ ਬਜ਼ਾਹਿਰ ਇੱਕ ਮਿੰਟ ਦੀ, ਅਤੇ ਬਾਦਸ਼ਾਹ ਅਜਰ ਹੁੰਦਾ ਬਹੁ ਵੱਡਾ। ਸਰਕਾਰ ਫਰਮਾਇਆ ਤਰੇ ਅਮਲ ਅੱਲਾ ਐਸੇ ਬਣਾਏ ਜਿੰਨਾ ਅਮਲਾਂ ਦਾ ਆਸਾਨੀ ਅਮਲ ਮਾਲਕ ਜਹਾਨ 'ਤੇ ਹੋਰ ਕੋਈ ਨਹੀਂ ਬਣਾ। ਤਰੇ ਅਮਲ ਐਸੇ ਬਣਾਏ ਕਿ ਜਿਹੜਾ ਹੁਣ ਵਾਲਾ ਸ਼ਰੇ ਇਹ ਮਾਲਕ ਇਸੇ ਨਾਲ ਮਨਸੂਬ ਹੈ, ਤਾਂ ਮੈਂ ਜ਼ਿਕਰ ਵੀ ਇਸੇ ਸੁਲਤਾਨ ਦਾ ਕਰਦਾ ਨੇ ਤੁਸੀਂ ਸਫ਼ਰ ਕਰੋ। ਐਸੀਆਂ ਬਣਾਈਆਂ ਜਿਹਨਾਂ ਦਾ ਸਾਨੀ ਅਮਲ ਮਾਲਕ ਹੋਰ ਕੋਈ ਨਹੀਂ ਬਣਾਇਆ ਸਕਿਆ। ਮਾਲਕ ਕਿਹੜੇ ਕਿਹੜੇ ਫਰਮਾਇਆ, ਜਿਹੜਾ ਬੰਦਾ ਆਓ ਜੀ ਬਾਜੀ ਬਿਸਮਿਲ, ਜਿਹੜਾ ਬੰਦਾ ਇਹਨਾਂ ਬੇ ਮੁਖਤਾਰ ਕਰੇ ਰਸਾ, ਜਿਹੜਾ ਬੰਦਾ ਜਿਹੜਾ ਬਸ਼ਰ ਮੁਖਤਸ ਕਰਕੇ, ਮੈਂ ਪੈਗਾਮ ਬੜਾ ਇਬਤਦਾਈ ਮਜਲਿਸ ਦਾ ਸਜਾ ਕੇ ਦੇਊਂਗਾ ਜੇ ਤੁਸੀਂ ਵਸੂਲ ਕਰੋ। ਜਿਹੜਾ ਬੰਦਾ ਜਿਹੜਾ ਬਸ਼ਰ ਮੁਖਤਸ ਕਰਕੇ ਜ਼ਿੰਦਗੀ ਵਿੱਚ ਇੱਕ ਵਾਰੀ, ਹਜ਼ਾਰ ਸਾਲ ਦੀ ਜ਼ਿੰਦਗੀ ਹੋਵੇ ਤਾਂ, ਸੌ ਸਾਲ ਦੀ ਹੋਵੇ ਤਾਂ, 200 ਸਾਲ ਦੀ ਹੋਵੇ ਤਾਂ, ਅਤੇ ਭਾਵੇਂ 5 ਸਾਲ ਦੀ ਹੋਵੇ ਤਾਂ, ਜਿਹੜਾ ਬੰਦਾ ਵੀ ਜ਼ਿੰਦਗੀ ਵਿੱਚ ਇੱਕ ਦਫ਼ਾ, ਹਰ ਨਮਾਜ਼ ਤੋਂ ਬਾਅਦ ਨਹੀਂ, ਕੁੱਲ ਜ਼ਿੰਦਗੀ ਵਿੱਚ ਇੱਕ ਦਫ਼ਾ ਮੇਰੀ ਦਾਦੀ 'ਤੇ ਸਲਵਾਤ ਪੜ੍ਹੇ, ਮੈਂ 6ਵਾਂ ਇਮਾਮ ਵਾਅਦਾ ਕਰਦਾ ਹਾਂ, ਬੰਦਾ ਮਰਨ ਤੋਂ ਬਾਅਦ ਜੰਨਤ 'ਚ ਉੱਥੇ ਹੋ ਸੀ ਜਿੱਥੇ ਮੇਰਾ ਨਾਨਾ ਮੁਸਤਫਾ ਹੋਇਆ। ਬਾਬਾ ਜੀ ਉਹ ਬੰਦਾ ਉੱਥੇ ਹੋ ਸੀ, ਸਲਵਾਤ ਤੋਂ ਸਬਤ ਪੜ੍ਹੀ ਕੋਈ ਨਹੀਂ ਸਾਰੇ ਚੁੱਪ ਕਰ। ਅੱਲਾਹੁਮਾ ਸਲੀ ਅਲਾ ਮੁਹੰਮਦ ਵਾਲ ਮੁਹੰਮਦ ਵਜਲ ਫਰਜ ਆਵੇਣ ਦਾ ਜੁਮਲਾ ਜ਼ਾਕਿਰ ਅਦਾ ਕਰੇ ਤਾਂ ਖੁਦ ਤੂੰ ਪੜ੍ਹ ਛੱਡੀ, ਤੇਰੀ ਦੋ ਅਜਰ ਹੀ ਇਤਨਾ ਜ਼ਿਆਦਾ। ਮੈਂ ਤਾਂ ਉਸ ਅਜਰ ਵਾਸਤੇ ਗੱਲ ਕੀਤੀ ਵੀ ਹੈ, ਇੱਕ ਵਾਰੀ ਪੜ੍ਹੇ ਔਰ ਤਾਲੂ ਉਸ ਬੰਦੇ ਦੇ ਦੂਜਾ ਬੰਦਾ ਬੈਠਾ ਹੀ ਉੱਠਿਆ। ਉਸਦਾ ਕਿਹਾ ਸਰਕਾਰ ਇੱਕ ਸਵਾਲ ਹੋਰ ਵੀ ਹੈ। ਬਾਬਾ ਜੀ, ਬਾਬਾ ਜੀ ਕਿਹੜਾ ਸਵਾਲ? ਸਰਕਾਰ ਇਹ ਫਰਮਾਓ ਬਈ ਤੁਹਾਡੇ ਅਤੇ ਉਹਦੇ 'ਚ ਕੀ ਫਰਕ ਹੈ? ਜਿਹੜਾ ਬੰਦਾ ਮੈਨੂੰ ਵਹਿੰਦਾ ਪਿਆ, ਮੈਂ ਜੁਮਲਾ ਆਖਣਾ ਚਾਹੁੰਦਾ ਇਬਤਦਾਈ ਮਜਲਿਸ ਦੇ ਵਿੱਚ, ਉਹਦੇ 'ਚ ਕੀ ਫਰਕ ਹੈ? ਮਾਸੂਮਾ ਦਿਨ ਤੈਨੂੰ ਪੁੱਛਣਾ ਨਹੀਂ ਚਾਹੀਦਾ, ਕਿਉਂਕਿ ਤੈਨੂੰ ਪਤਾ ਹੀ ਨਹੀਂ ਬਈ ਉਹ ਵੀ ਹੈ। ਹਾਏ ਹਾਏ ਸਾਰਿਆਂ ਨਹੀਂ ਪਤਾ ਲੱਗਾ ਜੋ ਮੈਂ ਕੀ ਹੈਗਾ, ਤੈਨੂੰ ਤਾਂ ਪਤਾ ਹੀ ਨਹੀਂ ਬਈ ਉਹ ਵੀ ਹੈ। ਇਹ ਤਾਂ ਮੈਂ ਦੱਸਿਆ, ਅਸਾਂ ਦੱਸਿਆ ਬਈ ਉਹ ਹੈ, ਉਸ ਵਿਖਾਇਆ ਸਾਨੂੰ ਹੈ।
ਮਨਵਾਇਆ ਆਪਣੇ ਆਪ ਨੂੰ ਹੈ, ਜਿਹੜੀ ਸਮਝ ਆਉਂਦੀ ਪਈ ਹੈ, ਵਿਖਾਇਆ ਸਾਨੂੰ ਹੈ, ਮਨਵਾਇਆ ਆਪਣੇ ਆਪ ਨੂੰ। ਅਸਾਂ ਕਿਹਾ ਮੌਲਾ ਨਹੀਂ, ਮੇਰਾ ਸਵਾਲ ਮੁਕੰਮਲ ਨਹੀਂ ਪਿਆਉਂਦਾ, ਮੈਨੂੰ ਤਸਕੀਨ ਨਹੀਂ ਪਿਆਉਂਦੀ, ਮੈਂ ਪਿਆਨਾ ਤੁਹਾਡੇ ਅਤੇ ਉਹਦੇ 'ਚ ਕੀ ਫਰਕ ਹੈ, ਚਾਰ ਬੰਦੇ ਬੋਲੋ, ਪੰਜ ਬੋਲੋ, ਜਾਂ ਸਾਰਾ ਮਜਮੇ ਬੋਲੇ, ਧਿਆਨ ਠਹਿਰ ਜਾਏਗਾ, ਜ਼ਿਕਰ ਦਾ ਰੰਗ ਹੋ ਜਾਏਗਾ, ਦੁਆ ਕਰਕੇ ਆਲਮੇ ਸਫ਼ਰ ਹੋ ਜਾਵੇਗਾ। ਅਸਾਂ ਕਿਹਾ ਮਾਲਕ ਫਰਕ ਕੀ ਹੈ? ਫਰਮਾਇਆ ਉਹ ਸਜਦੇ ਆਲਾ ਅਸੀਂ ਦਰੂਦ ਵਾਲੇ, ਉਹ ਸਜਦੇ ਆਲਾ ਅਸੀਂ ਦਰੂਦ ਵਾਲੇ, ਚਾਰ ਪੰਜ ਬੰਦੇ ਹਿੰਮਤ ਕਰੋ ਤੇ ਮੈਂ ਰਾਜ਼ੀ ਹਾਂ, ਉਹ ਸਜਦੇ ਆਲਾ ਅਸੀਂ ਦਰੂਦ ਵਾਲੇ, ਅਸੀਂ ਸਜਦਾ ਕਰ ਕਰ ਕਰਕੇ ਉਹਦੇ ਕਰਜ਼ ਲਹਿੰਦੇ ਰਹਿੰਦੇ ਹਾਂ, ਉਹ ਦਰੂਦ ਪੜ੍ਹ ਕੇ ਸਨ ਆਪਣਾ ਮਕਰੂਜ਼ ਕਰਦਾ ਹੈ ਤੇ ਮਜਲਿਸ ਨਾ, ਅਸੀਂ ਸਜਦਾ ਕਰ ਕਰਕੇ ਜੀਓ 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 ਅਸੀਂ ਸਜਦਾ ਕਰ ਕਰਕੇ ਉਹਦੇ ਕਰਜ਼ ਲਹਿੰਦੇ ਹਾਂ, ਉਹ ਦਰੂਦ ਪੜ੍ਹ ਕੇ ਸਾਨੂੰ ਵੱਧ ਆਪਣਾ ਮਕਰੂਜ਼ ਕਰ ਲੈਂਦਾ, ਦਰੂਦ ਪੜ੍ਹ ਕੇ ਸਾਨੂੰ ਵੱਧ ਆਪਣਾ ਮਕਰੂਜ਼ ਕਰ ਲੈਂਦਾ। ਅਸਾਂ ਕਿਹਾ ਮਾਲਕ ਪਹਿਲਾ ਅਜਰ ਇਹ ਹੋ ਗਿਆ, ਦੂਜਾ ਕਿਹੜਾ ਅਜਰ? ਸਰ ਚਾਹੋ ਇਹੋ ਤਰ੍ਹਾਂ ਅਮਲ ਪੜ੍ਹ ਕੇ ਮੈਂ ਸਾਹਿਬ ਦੀ ਸਤਰ ਪੜ੍ਹਨ, ਸਫ਼ਰ ਬਹੁਤ ਜ਼ਿਆਦਾ ਦਰਪੇਸ਼ ਹੈ, ਤਾਂ ਮੈਂ ਵਾਅਦਾ ਵਫਾ ਕਰਨਾ। ਦੂਜਾ ਅਮਲ ਫਰਮਾਇਆ ਮੇਰੀ ਦਾਦੀ ਬਤੂਲ ਦੇ ਕਾਤਲ 'ਤੇ ਲਾਨਤ ਕਰਨਾ। ਅਗਾ ਮੌਲਾ ਅਜਰ ਕਿਤਨਾ ਹੈ? ਮੌਲਾ ਫਰਮਾਇਆ ਅਜਰ ਇਤਨਾ 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 ਕਿ ਹੋਰ ਕਿਸੇ ਨੂੰ ਇਹ ਅਜਰ ਨਸੀਬ ਹੀ ਨਹੀਂ ਹੁੰਦਾ ਸਿਵਾ ਅਲੀ ਵਾਲੇ ਤੋਂ। ਕਿਹੜਾ ਕਿਹੜਾ? ਮਜ਼ੂਮ ਫਰਮਾਇਆ ਜਦੋਂ ਬਿਸਤਰ 'ਤੇ ਰਾਤੀ ਲੇਟਣ ਲੱਗੋ, ਉਹਨਾਂ ਬੰਦਿਆਂ ਨਹੀਂ ਪਤਾ ਲੱਗਦਾ ਵੈ ਲੈਲਤੁਲ ਕਦਰ, ਲੰਬਾ ਤਵੀਲ ਕਿੱਸਾ, ਮੈਂ ਮੁਖਤਸਰ ਰਿਜ਼ਲਟ ਵਾਲਾ ਜੁਮਲਾ ਪਿਆਨਾ, ਮੈਂ ਨਹੀਂ ਬੰਦਿਆਂ ਨੂੰ ਪਤਾ ਲੈਲਤੁਲ ਕਦਰ ਕੀ ਹੋਦਾ। ਕਿਹਾ ਮੌਲਾ ਕਿਸੇ ਨੂੰ ਪਤਾ ਹੈ? ਮਜ਼ੂਮ ਫਰਮਾਇਆ ਹਾਂ, ਹਮ ਜਾਣਤੇ ਹੈ ਕਿ ਲੈਲਤੁਲ ਕਦਰ ਕਿਆ ਹੈ। ਅਗਾ ਬੋਲਾ ਸਾਨੂੰ ਵੀ ਦੱਸੋ ਚਾ ਲੈਲਤੁਲ ਕਦਰ ਕਿਆ ਹੈ? ਕਿਤਨੇ ਤਾਈਦ ਫਰਮਾਇਆ, ਸੋ ਮੈਂ ਨਹੀਂ ਜਾਣਦਾ। ਬਾਦਸ਼ਾਹ ਫਰਮਾਇਆ ਸੁਣ, ਲੈਲਤੁਲ ਕਦਰ ਮੇਰੀ ਦਾਦੀ ਬਤੂਲ ਹੈ। ਲੈਲਤੁਲ ਕਦਰ ਅੱਜਾ ਵੀ ਨਹੀਂ ਦੌੜ ਸਕਦਾ ਹੋਵੇ, ਲੈਲਤੁਲ ਕਦਰ ਮੇਰੀ ਦਾਦੀ ਬਤੂਲ ਹੈ, ਹੋਰ ਬੰਦੇ ਵਾਸਤੇ ਨਹੀਂ, ਅਲੀ ਵਾਲੇ ਵਾਸਤੇ, ਬੂਆ ਪੂਰੀ ਜ਼ਿੰਦਗੀ ਬੰਦ ਨਹੀਂ ਹੋ ਸਕਦਾ। ਅਮਲ ਮੈਂ ਦੱਸਣਾ ਕਰ ਤੂੰ ਚਾ, ਸਾਹਿਲ ਦਿਲ ਸੋਚਿਆ ਬੇ ਸ਼ਹਿਦਾ ਕਰ, ਬੇ ਸਾਰੀ ਰਾਤ ਹਜ਼ਾਰ ਰਕਤ ਨਮਾਜ਼ ਪੜ੍ਹ, ਮੁਸੱਲੇ 'ਤੇ ਖਲੋਤਾ ਰੋਬਤ ਹੈ, ਦੁਆਈ ਪੜ੍ਹ, ਇਹ ਕਨੂ ਤਿਨ ਪੜ੍ਹ, ਇਹ ਕਰ ਇਹ ਕਰ, ਤਾਂ ਹੋਸੀ ਲੈਲਤੁਲ ਕਦਰ। ਮਾਸੂਮ ਫਰਮਾਇਆ ਜੋ ਤੂੰ ਸੋਚਦਾ ਪਿਆ ਉਹ ਨਹੀਂ ਦੱਸਦਾ ਮੈਂ ਹਾਂ, ਅਮਲ ਤੂੰ ਚ ਕਰ, ਰਾਤ ਬਿਸਤਰ ਤੇ ਲੇਟ ਕੇ ਅੱਖਾਂ ਬੰਦ ਕਰਨ ਤੋਂ ਪਹਿਲੇ ਇੱਕ ਵਾਰੀ ਮੇਰੀ ਦਾਦੀ ਦੇ ਕਾਤਲ ਤੇ ਲਾਨਤ ਕਰ, ਤੇਰੀ ਹਰ ਰਾਤ ਲੈਲਤੁਲ ਕਦਰ। ਜਿਹੜਾ ਵਸੂਲ ਕਰੇ ਬਿਸਮਿਲਲਾ, ਮਿਹਰਬਾਨੀ ਬਾਬਾ, ਜਿੰਦੇ ਰਹੋ ਸਰ, ਵਸਦੇ ਰਹੋ ਅੱਲਾਹ, ਆਬਾਦ ਰਹੋ ਮਲੰਗ, ਜਿੰਦੇ ਰਹੋ, ਤੇਰੀ ਹਰ ਰਾਤ ਲੈਲਤੁਲ ਕਦਰ ਹੈ, ਹਮ ਜਾਣਤੇ ਹੈ ਕਿ ਲੈਲਤੁਲ ਕਦਰ ਕਿਆ ਹੈ। ਮਾਸੂਮ ਫਰਮਾਇਆ ਬਿਸਤਰ ਤੇ ਲੇਟ ਕੇ ਇੱਕ ਵਾਰੀ ਲਾਨਤ ਕਰ, ਜੁਮਲਾ ਇੱਕ ਹੋਰ ਆਖਾਂ, ਤਬਰੇ ਦੀ ਇੱਜ਼ਤ ਕਦੀ ਵੀ ਪਤਾ ਨਾ ਲੱਗਦੀ, ਔਰ ਮੇਰਾ ਵੈਸੇ ਵੀ ਰੂਟੀਨ ਹੈ, ਜਨਾਬੇ ਸੈਯਦਾ ਪੜ੍ਹਿਆ ਜਾਵੇ, ਮੁਖਤਾਰ ਬਾਈ, ਜਨਾਬੇ ਸੈਯਦਾ ਪੜ੍ਹਿਆ ਜਾਵੇ ਤੇ ਵੱਡ ਤਬਰਾ ਨਾ ਪੜ੍ਹਿਆ ਜਾਵੇ, ਹੈ ਹੋ ਹੀ ਨਹੀਂ ਸਕਦਾ, ਔਰ ਮੁਕੰਮਲ ਜ਼ਿਕਰ ਨਹੀਂ ਹੁੰਦਾ ਜੇ ਬੀਬੀ ਦੇ ਜ਼ਿਕਰ ਬਜ਼ੁਰਗੋ ਤਬਰਾ ਨਾ ਪੜਿਆ ਜਾਵੇ, ਚੌਥਾ ਇਮਾਮ ਨਾ ਦੱਸਦਾ ਤੇ ਨਾ ਪਤਾ ਲੱਗਦਾ। ਚੌਥਾ ਬਾਦਸ਼ਾਹ ਮਸਜਿਦ ਏ ਨਬਵੀ ਦੇ ਵਿੱਚ ਪਿਛਲੀ ਰਾਤ ਗਏ ਨਿਮਾਜ਼ ਸ਼ਬ ਅਦਾ ਕਰਨ, ਇੱਕ ਮਵਾਲੀ ਮਸਜਿਦ ਏ ਸੁੱਤਾ ਪਿਆ ਅਜ਼ਾਦਾਰ, ਉਹ ਕਰਵਟਾਂ ਬਦਲੇ ਤੇ ਨੀਂਦਰ ਏ ਪਿਆ ਕੇ, ਬਤੂਲ ਤੇਰੇ ਕਾਤਲ ਤੇ ਲਾਨਾ, ਕੁਝ ਵੀ ਕਰੋ ਚਾ ਕਰ ਸਕੋ ਤੇ ਬਤੂਲ ਤੇਰੇ ਕਾਤਲ ਤੇ ਲਾਨਾ, ਬਤੂਲ ਤੇਰੇ ਕਾਤਲ ਤਲਾਨਾ। ਮੌਲਾ ਸਜਦਾ ਸ਼ੁਰੂ ਕੀਤਾ, ਬਾਦਸ਼ਾਹ ਜਦੋਂ ਸਜਦਾ ਸ਼ੁਕਰ ਦੀ ਤਸਬੀਹ ਬੁਲੰਦ ਕੀਤੀ ਤੇ ਮੋਮਨ ਦੀ ਅੱਖ ਖੁੱਲੀ, ਹੈ ਮੌਲਾ ਮੌਜੂਦ, ਜਲਦੀ ਨਾਲ ਗਿਆ ਬਾਦਸ਼ਾਹ ਦੇ ਪਿੱਛੋਂ, ਹੱਥ ਬੰਨ ਕੇ ਖਲੋ ਗਿਆ, ਸਜਾਦ ਆਪਣੀ ਮਿਹਰਾਜ ਤੋਂ ਵਾਪਸ ਆਇਆ। ਬੜੀ ਮਿਹਰਬਾਨੀ, ਮੇਰਾ ਇਹ ਆਵਣ ਦਾ ਮਕਸਦ ਪੂਰਾ ਹੋ ਗਿਆ, ਜਿਤਨੇ ਸਮਝਿਓ, ਸਜਾਦ ਮਰਜ਼ੀ ਨਾਲ ਆਪਣੀ ਮਿਹਰਾਜ ਤੋਂ ਵਾਪਸ ਆਇਆ। ਬੜੀ ਮਿਹਰਬਾਨੀ ਬਜ਼ੁਰਗੋ, ਆਪਣੀ ਮਿਹਰਾਜ ਤੋਂ ਵਾਪਸ ਆਇਆ, ਬਾਦਸ਼ਾਹ ਦੇ ਚਿਹਰੇ ਵੱਲ ਵੇਖਿਆ, ਇਹ ਹੱਥ ਬੰਨ ਕੇ ਖਲੋਤਾ ਹੀ, ਮੌਲਾ ਮੈਂ ਮਾਫ਼ੀ ਮੰਗਣਾ, ਮੌਲਾ ਮੈਂ ਨਾ ਤੁਹਾਡੀ ਇਬਾਦਤ 'ਚ ਮੂੰਹ ਖਲੋਂਦਾ ਰਿਹਾ, ਕੋਈ ਨਹੀਂ ਉਹ ਬੰਦਾ ਸ਼ੀਆ ਜਿਹੜਾ ਬਾਦਸ਼ਾਹ ਦੇ ਜੁਮਲੇ ਦੀ ਅਤੇ ਸੈਯਦਾਂ ਦੇ ਹੱਕ ਦੀ ਵੀ ਤਾਈਦ ਨਾ ਕਰ ਸਕੇ, ਜਿਹੜਾ ਉਹਨਾਂ ਦੇ ਨਾਲ ਰਾਇਤ ਕਰੇ, ਮਤਲਬ ਸ਼ੀਆ ਨਹੀਂ ਹੁੰਦਾ, ਉਹ ਦੂਜੀ ਲਿਸਟ 'ਚ ਹੁੰਦਾ, ਜੇ ਸਿਰ ਚਾਹ ਤਾਂ ਮੈਂ ਜੁਮਲਾ ਤੇਰੇ ਹਵਾਲੇ ਕਰਾਂ, ਬਾਦਸ਼ਾਹ ਮੈਂ ਮਾਫ਼ੀ ਮੰਗਣਾ, ਤੁਸੀਂ ਸਜਦਾ ਪੇ ਕਰਦੇ ਹੋ, ਮੈਂ ਨੀਂਦਰ ਜਲਾਨਤ ਪੇ ਕਰਦਾ ਹੀ, ਉਹ ਮੌਲਾ ਤੁਹਾਡੀ ਇਬਾਦਤ ਨੇ ਮੁੱਖ ਲਾਉਂਦਾ ਰਿਹਾ। ਕਿਤਨਾ ਅਜਰ ਏ ਤਬਰੇ ਦਾ ਦੱਸਾ, ਚੌਥੇ ਇਮਾਮ ਦੋਵੇਂ ਬਾਈ ਨਪ ਕੇ ਜ਼ੈਨੁਲ ਆਬਦੀਨ ਨੂੰ ਉਠਾਇਆ, ਆਪਣੀਆਂ ਬਾਈ ਇਹਦੇ ਗੱਲ ਇਹਦੀਆਂ ਬਾਈ ਆਪਣੇ ਗੱਲ, ਉਹਨੂੰ ਸੀਨੇ ਨਾਲ ਲਾ ਕੇ ਕੰਨ ਤੇ ਮੂੰਹ ਰੱਖ ਕੇ, ਤੇਰੇ ਇਮਾਮ ਫਰਮਾਇਆ ਤੂੰ ਮਾਫ਼ੀ ਨਾ ਮੰਗ, ਮੇਰੇ ਨਾਲ ਸੌਦਾ ਕਰ ਲੈ, ਅੱਜ ਦੀ ਮੇਰੀ ਇਬਾਦਤ ਤੂੰ ਲੈ ਲੈ ਤੇ ਆਪਣੀ ਮੈਂ ਸਜਾਦ ਨੂੰ ਦੇ।
आबाद रहो, बड़ी मेहरबानी, बहुत शुक्रिया। आज दी मेरी इबादत तो ला दो अमल दसी खलोत, पहला सैयदा ते सलवात, दूजी बतूल दे कातल ते हिम्मत करो जी लानत करना, बतूल दे कातल ते लानत करना, ते त्रीडा इब्तदाए मजलस ते वेर मैं चांदा ही आई के चलो एडा हुसन नाल जिक्र शुरू हो जावे और मैं सिर्फ अमल ही पढ़ा तो याद भी हो जावन और करदे भी रवे। सैयदा ते सलवात, बतूल दे कातल ते लाना, त्रीजी हर बंदा एक बारी मेरे अल वेखे, हुण ते मैं नहीं आख्या वेख मैनू, हुण वेखी मैं एक जुमला तेरी समात रलाना चाहना, हूं कर मैं राजी हाँ, हाँ कर मैं राजी हाँ, तू सिर हला मैं राजी हाँ, तू मोडे इस नू हरकत दे जो फरिश्ता गवाही दे लवे तामी राजी हाँ। त्रीजी वड्डी इबादत आज दे दौर दे पीर जी शिया वास्ते, मुर्शद आज दे दौर दे शिया वास्ते, पहली सैयदा ते सलवात, दूजी बतूल दे कातल ते लानत, ते त्रीजा आखरी हुज्जत दा इंतजार। सतारह अठारह बंदे मजलिस जो बोले हो बहुत ज्यादा हो, बहुत ज्यादा हो, मेहरबानी थोड़ी। आखिरी हुज्जत दा इंतजार कितना वड्डा अजर है, मैं अजर पढ़ता कितना वड्डा अजर है। आखिरी इमाम दा इंतजार करना, तो शबीर दी जियारत दी दुआ मंगे हुसैन ते ना अपने अल सकता है, ठीक है। तू अली पाक दी जियारत दी दुआ मंगे अली ते ना अपने अल सकता है, तू जेड़े मसूम दी जियारत वास्ते दुआ मंगे तेरे मंगण देर है, उन्होंने दे करम करन देर नहीं, होते ना अपने अल सद्दे ने अपने मुकद्दर दा सानी ते लब केड़ा करीम है चन नस करीदा, तू उन दे वास्ते जो दुआ मंगसे ते वास्ते ना अपने अल न सदसी। जो काबे दी छत ते आ गया, काबे दी छत ते खुतबा पढ़ के फरदन फरदन हर मोमन दी कबर ते जाके आखसी तू मेरी जियारत दी दुआ मंगदा रहा है, उठ मैं तेनू लैण आया। सुनिए गल सारे मेरे में ये सिर तू टपा नहीं ने, ओ भाई जी केड़ा करी में चन नस करी दा, अपने अल नहीं सद्दा तिन तोड़ लैण औसी। तो देर कितनी लगती है अपनी फजर दा आगाज तो इमाम दी आमद दी दुआ तो कर, ते पता लगदा रवे फजर आले फरिश्ते नवी जड़ा सूरज तलू पिया कर दे, उन पता लग जावे भाई ए जड़ा हुण उठिया खलोता है ए बेवारस, एदा वारस मौजूद है। अजर पढ़ देना जो अजर कितने। हुसैन बिरूह के दौर दे विच सरकार दा एक मवाली आई जिहड़ा अपने आप नूं 24 घंटे कोसता ही, बाबा जी कोसता ही, उहना बस कोसता ही अपने आप नूं कि मैं गुनाहगार हो चन बतूल दा, पता नहीं मत्थे लावे या ना लावे, मत्थे लावे या ना लावे, मत्थे लावे या ना लावे। भजन जरा नियाज हुसैन एक सैकेंड मैनू वेखो मिन्नत, मत्थे लावे या ना लावे। इमाम मुलाकात की हुसैन बिन रूह नाल, इंतजार दा अजर दस देवा, जड़ा इंतजार है तड़प दे, मौला फरमाया जा फलानी झोंपड़ी च एक मवाली है, उन जाके मेरा सलाम दे, ते उन जाके आख इमाम प्यादे तेरी नूह नबी जितनी जिंदगी हो जावे 2500 साल, ते ना खावे ना पीवे ना कोई होर कम करें सिर्फ सजदा करें, ते 2500 साल सजदे सिर रख के शुक्रानुल्लाह पढ़े, अल्लाह दे शुक्र दी तस्बीह पढ़दा रवे, ते इसे गल दा शुक्रिया अदा नहीं कर सकदा जेड़ा तेरे दिल च मैं महदी दी जियारत दा शौक पैदा हो गया। कबूल तो तुसा करनी है भाई, तुझे वसते रहो जड़ा तेरे दिल च मैं कायम दी ज़ियारत दा शौक पैदा हो गया। मैं कि जुमला होर आखा नबियां दे सुल्तान दा, बड़ी मेहरबानी बुजुर्गो, मैं इब्तदाए मजलिस दा अपने हिस्से दा पैगाम दित्ती खलोता मुतमिन खलोता, मैं साहब दे जुमले दे करीब तिन करा। सरकार नबियां दे सुल्तान दा आखिरी वक्त करीब आई, तो जनाबे सैयदा पुरमलाल कुल तशरीफ फरवा, नबी चाहते हैं बे बतूल मुस्कुरावे, तो नबी गल्ला शुरू की थी, सैयदा इस गल ते राजी नहीं जो मैं मोहम्मद थोड़ा बाबा, इज्जत दी हद दे राजी हाँ, राजी हाँ, इज्जत बंदे महसूस करन, महसूस अपने सीने ते, फिर पता लगे वे कितना बड़ा अजर। राजी हाँ, चेहरे ते खुशी दी लहर ना आई, बीबी दे चेहरे ते खुशी दी लहर ना आई। अगली गल की इस गल ते राजी नहीं, अली थोड़ा हमसर है, हमसर है थोड़ा भरा, राजी चेहरे ते खुशी दी लहर ना आई। अच्छा मैं मासूम दी शाया ने शान जुमला आखण दा दियाँ, जड़ी मालक दी शाया ने शान गल होवे। अच्छा इस गल ते राजी नहीं, वे जड़े जन्नत दे सरदार ने उन्हां दी जन्नत दा नाम बतूल है।
ਬੜੀ ਮਿਹਰਬਾਨੀ ਦੀ, ਬੜੀ ਮਿਹਰਬਾਨੀ। ਜਿਹੜੇ ਜੰਨਤ ਦੇ ਸਰਦਾਰ ਨੇ ਉਹਨਾਂ ਦੀ ਆਪਣੀ ਜੰਨਤ ਦਾ ਨਾਮ ਬਤੂਲ ਹੈ। ਫਰਮਾਇਆ ਰਾਜ਼ੀਆਂ ਚਿਹਰੇ 'ਤੇ ਖੁਸ਼ੀ ਦੀ ਲਹਿਰ ਨਾ ਆਈ। ਪਤਾ ਨਹੀਂ ਕਿਤਨੇ ਬੰਦੇ ਜਿਹੜੀ ਬਤੂਲ ਦੀ ਮੁਸਕਾਨ 'ਤੇ ਖੁਸ਼ ਹੋਣ, ਜਾਂ ਅਚਾਨਕ ਨਬੀ ਤਕੀਏ ਦੀ ਟੇਕ ਛੱਡ ਕੇ ਫਰਮਾਇਆ ਸੈਯਦਾ ਸਦੀਕਾ ਤਾਹਿਰਾ ਇਲਈਆ, ਨੇੜੇ ਸੱਦ ਕੇ ਸੱਜਾ ਹੱਥ ਜਾ ਕੇ ਮਖਦੂਮਾਂ ਦੇ ਸਰ 'ਤੇ ਰੱਖ ਕੇ ਫਰਮਾਇਆ ਸਦੀਕਾ, ਇਸ ਗੱਲ 'ਤੇ ਰਾਜ਼ੀ ਨੇ ਜੋ ਮਹਦੀ ਤੇਰੀ ਆਲ ਚੂਹ ਸੀ, ਇਸ ਗੱਲ 'ਤੇ ਰਾਜ਼ੀ ਨੇ ਜਿਸ ਕੀਤਾ ਬੁਲੰਦ ਭਲਾ ਹੋਵੀ ਆ ਤਾਂ ਬੇਤਾਈ ਦਾ ਸ਼ੁਕਰੀਆ। ਮਹਦੀ ਚੰਚਾ ਚਾਰ ਜੁੜ ਸਕੇ ਤੇ ਮਹਦੀ ਤੇਰੀ ਆਲ ਚੂਹ ਸੀ, ਮਹਦੀ ਦੇ ਨਾਮ 'ਤੇ ਬਤੂਲ ਯਕਦਮ ਮੁਸਕੁਰਾਈ। ਤਾਂ ਫਰਮਾਇਆ ਫਿਜ਼ਾ ਇਸ ਰਿਵਾਇਤ ਦੀ ਰਾਵੀਆ ਬਣ ਜਾ, ਮਹਦੀ ਨਾਮ ਏ ਬਤੂਲ ਦੀ ਮੁਸਕੁਰਾਹਟ ਦਾ, ਕਾਇਮ ਨਾਮ ਏ ਬਤੂਲ ਦੀ ਮੁਸਕੁਰਾਹਟ ਦਾ। ਬੜੀ ਮਿਹਰਬਾਨੀ ਦੀ, ਕਾਇਮ ਨਾਮ ਏ ਸੈਯਦਾ ਦੀ ਮੁਸਕੁਰਾਹਟ ਦਾ। ਔਰ ਆਖਰੀ ਹੁਜਤ ਦਾ ਇੰਤਜ਼ਾਰ, ਹਜ ਨਾਲ ਵੱਡੀ ਇਬਾਦਤ, ਨਮਾਜ਼ ਨਾਲ ਵੱਡੀ ਇਬਾਦਤ, ਰੋਜ਼ੇ ਨਾਲ ਵੱਡੀ ਇਬਾਦਤ, ਕਾਇਨਾਤ ਦੀ ਹਰ ਇਬਾਦਤ ਨਾਲੋਂ ਵੱਡੀ ਇਬਾਦਤ ਹੀ ਆਖਰੀ ਇਮਾਮ ਦਾ ਇੰਤਜ਼ਾਰ। ਅੱਜ ਵੀ ਫਜਰ ਦੀ ਨਮਾਜ਼ ਤੋਂ ਬਾਅਦ ਮੁਸੱਲੇ 'ਤੇ ਤਰੇ ਚੀਜ਼ਾਂ ਰੱਖ ਕੇ ਪਾਣੀ ਨਹੀਂ ਰੱਤ ਰੋਂਦਾ ਹੈ। ਇਬਤਦਾਏ ਮਜਲਿਸ ਹੈ, ਹਾਏ ਘਰੋਂ ਚਾ ਕਾਫੀ, ਪਾਣੀ ਨਹੀਂ ਰੋਂਦਾ ਰੱਤ ਰੋਂਦਾ ਹੈ। ਉਹ ਤਰੇ ਚੀਜ਼ਾਂ ਬਾਈ ਜੀ ਕਿਹੜੀਆਂ ਕਿਹੜੀਆਂ? ਪਹਿਲੀ ਚੀਜ਼ ਗਿਣਾ, ਸਾਡੀ ਹਾਏ ਕਰਦੇ ਆਵੇ ਹੈ। ਪਹਿਲੀ ਚੀਜ਼ ਬਤੂਲ ਦੇ ਬੂਹੇ ਦੀਆਂ ਸੜੀਆਂ ਹੋਈਆਂ ਲੱਕੜੀਆਂ। ਫਿਰ ਬਾਦਸ਼ਾਹ ਜੀ ਵਾਸਫ ਸ਼ਾਹ, ਜਿਤਨੇ ਬੰਦੇ ਸੈਯਦ ਮਜਲਿਸ ਮੌਜੂਦ ਹੋ, ਅਜ਼ਾਦਾਰ ਮੌਜੂਦ ਹੋ, ਮੈਂ ਤੁਹਾਨੂੰ ਪਿਆਦਾ, ਪਹਿਲੀ ਚੀਜ਼ ਬਤੂਲ ਦੇ ਬੂਹੇ ਦੀਆਂ, ਦਵੀਰ ਭਾਈ ਬਜ਼ੁਰਗੋ, ਸੜੀਆਂ ਹੋਈਆਂ ਲੱਕੜੀਆਂ, ਜੇ ਸਹਾਇਕ ਕੀਤੀ ਹੈ ਭਲਾ ਹੋਵੇ। ਦੂਜੀ ਚੀਜ਼ ਅਲੀ ਦੀ ਧੀ ਦਾ ਲੱਥਾ ਹੋਇਆ ਬੁਰਕਾ, ਭਲਾ ਵੀ ਹਾਏ ਤੇਰੀ ਤੂੰ ਗੁਰਬਾਨ ਜਵਾਂ। ਦੂਜੀ ਚੀਜ਼ ਅਲੀ ਦੀ ਧੀ ਦਾ ਲੱਥਾ ਹੋਇਆ ਬੁਰਕਾ। ਹਾਜ਼ਰ ਹੋਵੋ ਮਜਲਿਸ, ਜ਼ਰਾ ਹਾਜ਼ਰ ਹੋ ਕੇ ਬਹੋ। ਮੈਂ ਇੱਕ ਇੱਕ ਬੰਦੇ ਵੱਲ ਉਂਗਲੀ ਨਹੀਂ ਕਰਦਾ ਹੁੰਦਾ, ਮੇਰਾ ਐਸਾ ਮਿਜ਼ਾਜ ਨਹੀਂ ਵੀ ਉਹਨੂੰ ਉਂਗਲੀ ਕਰਕੇ ਅੱਗਾ ਤੂੰ ਠੀਕ ਹੋਏ। ਮੈਂ ਸਾਜੇ ਮਜਮੇ ਨੇ ਪਿਆਨਾ, ਮੈਂ ਜ਼ਹਿਨੀ ਤੌਰ ਤੇਰੀ ਦੁਆ ਜੋ ਬੈਠਾ, ਵਾ ਤੰਬੂ ਵੇਖਣ ਦੀ ਕੋਸ਼ਿਸ਼ ਨਾ ਕਰ, ਬਸ ਹਾਜ਼ਰ ਹੋ। ਮੈਂ ਮਸੈਬ ਦੀ ਇੱਕ ਸਤਰ ਤੇਰੇ ਹਵਾਲੇ ਕਰਨਾ ਚਾਹੁੰਦਾ। ਦੂਜੀ ਚੀਜ਼ ਬਜ਼ੁਰਗੋ ਅਲੀ ਦੀ ਧੀ ਦਾ ਲੱਥਾ ਹੋਇਆ ਬੁਰਕਾ। ਕਿਤਨੀ ਹਾਏ ਕਰ ਸੋ ਮੈਂ ਨਹੀਂ ਜਾਣਦਾ, ਮਹਦੀ ਇਸ ਗੱਲ 'ਤੇ ਖੂਨ ਰੋਂਦਾ। ਤੀਜੀ ਚੀਜ਼ ਅਸਗਰ ਦੀ ਭੈਣ ਦੇ ਲੱਥੇ ਹੋਏ ਦੁਆ। ਇਤਰ ਵੇ ਚੀਜ਼ਾਂ ਮੁਸੱਲੇ 'ਤੇ ਰੱਖ ਕੇ ਤੇਰਾ ਮੌਲਾ ਪਾਣੀ ਨਹੀਂ ਰੋਂਦਾ, ਕੀ ਰੋਂਦਾ ਬੋਲੋ? ਰੱਤ ਰੋਂਦਾ ਹੈ, ਅਤੇ ਨਾਲ ਵੱਤ ਇੱਕ ਸਲਾਮ ਪੜ੍ਹਦਾ ਹੈ। ਉਹ ਸਲਾਮ ਆਖੋ ਅਤੇ ਪੜ੍ਹਾਂ ਚਾ, ਵੱਤ ਰੋ ਰੋ ਕੇ ਆਦਾ, ਮੇਰਾ ਸਲਾਮ ਹੋਵੇ ਉਸ ਸ਼ਹਿਜ਼ਾਦੀ 'ਤੇ ਜਿਹਦੇ ਦੁਰ ਇੰਜ ਲੱਥੇ ਬੇ ਕੁੰਡੇ ਵੀ ਬੰਦ ਰਹੇ। ਆਹਾ ਕੁਰਬਾਨ ਹੋ ਜਾਵਾ, ਕੁੰਡੇ ਵੀ ਬੰਦ ਰਹੇ ਅਤੇ ਦੁਰ ਲਹਿ ਗਏ। ਡਰ ਜਾ ਕੇ ਸੋਚੀ ਜੋ ਮੈਂ ਪੜ੍ਹਿਆ ਕੀ ਹੈ, ਤੂੰ ਸੁਣਿਆ ਕੀ ਹੈ, ਮੈਂ ਪਹਿਲਾਂ ਇਮਾਮ ਇਹਦੇ 'ਤੇ ਰੱਤ ਰੋਂਦਾ ਹੈ। ਉਹ ਹਾਏ ਕਰਕੇ ਰੋਵਣ ਵਾਲੇ ਅਜ਼ਾਦਾਰਾਂ, ਲਫ਼ਜ਼ ਮਸਹਿਬ ਦਾ ਮੈਂ ਤੇਰੇ ਹਵਾਲੇ ਕਰਨਾ, ਜੇ ਸਾਰਾ ਮਜਮਾ ਉਵੇਂ ਹਾਜ਼ਰ ਹੋ ਗਿਆ, ਸੋਹਣੇ ਤਰੀਕੇ ਨਾਲ ਤੁਸੀਂ ਹਾਏ ਕਰੋ। ਸੁਬਹ ਇਬਤਦਾਏ ਮਜਲਿਸ ਮੈਨੂੰ ਹਾਸ਼ਮ ਦੇ ਵਿਹੜੇ 'ਚ ਚਾਰ ਭੈਣਾਂ ਅਤੇ ਚਾਰ ਭਰਾ ਇਹੋ ਜਿਹੇ ਗੁਜ਼ਰੇ ਜਿਨ੍ਹਾਂ ਦੀ ਮੁਹੱਬਤ ਦੀ ਮਿਸਾਲ ਕਾਇਨਾਤ 'ਚ ਨਹੀਂ ਮਿਲਦੀ। ਮੈਂ ਭੈਣਾਂ ਵੀ ਗਿਣ ਦਿੰਦਾ, ਮੈਂ ਭਰਾ ਵੀ ਗਿਣ ਦਿੰਦਾ। ਪਹਿਲੀ ਭੈਣ ਅਤੇ ਭਰਾ, ਭਰਾ ਦਾ ਨਾਂ ਹੁਸੈਨ ਹੈ, ਭੈਣ ਦਾ ਨਾਂ ਫਾਤਿਹ ਸ਼ਾਮ ਹੈ। ਅਤੇ ਨਾਂ ਦਾ ਪਤਾ ਲੱਗ ਗਿਆ ਮੈਂ ਕਿਉਂ ਇਸਮ ਚਾਹ ਕੇ ਰੁੱਖਾ ਚਵੀਂਦਾ ਮਸਹਿ ਵਿੱਚ ਨਾ, ਪਤ ਲੱਗਦਾ ਹਯਾ ਨਹੀਂ ਰਹਿੰਦਾ। ਅਤੇ ਜਿਨ੍ਹਾਂ ਦਾ ਅਲਮਾ ਅਲਾ ਨਾ ਚਾਵੇ, ਅਲਕਾਬ ਅੱਲਾ ਰੱਖੀ ਇਸ ਵਸਤੇ ਜੋ ਮੋਮਨ ਅਲਕਾਬ ਯਾਦ ਕਰਕੇ ਰੋਵਣ, ਅਸਲ ਨਾ ਚਾਹਵਣ ਅਤੇ ਜਾਂ ਸੈਯਦ ਚਾਹਵਣ ਅਤੇ ਜਾਂ ਘਰ ਵਾਲੇ ਚਾਹਵਣ। ਆਹ ਜੁਮਲਾ ਤੇਰੇ ਹਵਾਲੇ ਕਰਨਾ ਚਾਹੁੰਦਾ, ਪਹਿਲਾ ਭੈਣ ਅਤੇ ਭਰਾ, ਭਰਾ ਦਾ ਨਾਂ ਹੁਸੈਨ ਹੈ, ਭੈਣ ਦਾ ਨਾਂ ਫਾਤਿਹ ਸ਼ਾਮ ਹੈ। ਜਿਤਨੇ ਮੇਰੇ ਹਮ ਉਮਰ ਮਾਤਮੀ ਮਜਲਿਸ ਮੌਜੂਦ ਹੋ, ਜ਼ਰਾ ਤੁਸੀਂ ਹਾਇ ਕਰਨ ਦੀ ਇਸ ਲਫ਼ਜ਼ 'ਤੇ ਕੋਸ਼ਿਸ਼ ਕਰਿਆ ਹੈ। ਦੂਜੇ ਭੈਣ ਅਤੇ ਭਰਾ, ਭਰਾ ਦਾ ਨਾਂ ਅਲੀ ਅਕਬਰ ਹੈ, ਅਤੇ ਭੈਣ ਉਹ ਵੇ ਜਿਹੜੀ ਚੜ੍ਹੇ ਹੋਏ ਉੱਠ ਤੋਂ ਲਹਿ ਪਈ ਹੈ। ਬੜੀ ਸੋਹਣੀ ਹਾਇ ਨਿਕਲੀ ਨੇ, ਬੜੀ ਕਬੂਲ ਹੈ। ਬਿਸਮਿਲ੍ਲਾ ਵਸੀਮ ਭਾਈ ਆਬਾਦ ਰਹੋ, ਵਸਦੇ ਰਹੋ। ਮੌਲਾ ਇੱਜ਼ਤ ਦੀ ਨੇ ਲਹਿ ਪਈ ਚੜ੍ਹੇ ਹੋਏ ਉੱਠ ਤੋਂ, ਅਤੇ ਵਤ ਲਾਹਦੀ ਜਾ ਤੇ, ਤੁਹਾਡੇ ਵਾਸਤੇ ਨਹੀਂ ਇਹਨਾਂ ਦੇ ਵਾਸਤੇ ਗੱਲ ਪਿਆ ਕਰਦਾ। ਲਾਹਦੀ ਜਾ ਤੇ ਹੱਥ 'ਚ ਕੋਈ ਸ਼ੈ ਆਸ, ਕਿਆ ਹਾਈ ਸਮਾਨ ਅਲੀ ਗੱਡੜੀ, ਇੰਝ ਆ ਕੇ ਚੁੰਮਦੀ ਆਈ
ਤੇ ਟੁਰ ਟੁਰ ਕੇ ਤੇ ਵਿਰਾਲ ਦੇ ਚਿਹਰੇ ਵੱਲ ਵੇਖ ਕੇ ਆਦੀ ਆਈ, ਮੈਂ ਮਾਂਬਲ ਤੂੰ ਨਹੀਂ, ਮੈਂ ਤੇਰੀ ਚੜੀ ਹੋਈ ਜੰਜ ਤੂੰ ਲੈ ਪਈ ਆ। ਸੋਹਣੀ ਹਾਇਆ ਆ ਗਈ, ਅਲਹਮਦੁਲਿਲਾ, ਮੈਂ ਮਾਂਬਲ ਤੂੰ ਨਹੀਂ, ਮੈਂ ਤੇਰੀ ਚੜੀ ਹੋਈ ਜੰਜ ਤੂੰ ਲੈ ਪਈ ਆ। ਮੈਂ ਸਹਿ ਮੰਗਣ ਦਾ ਨਾ ਹੈ, ਮੰਗਣਾ ਤੁਸੀਂ ਆਪ ਹੈ, ਮੈਥੋਂ ਕੋਸ਼ਿਸ਼ ਕਰਨੀ। ਤ੍ਰੀਜੇ ਬਹਿਣ ਤੇ ਬਿਰਾ, ਮੈਂ ਮੁਲਕ ਦੇ ਜਿਹੜੇ ਮਿੰਬਰ ਤੇ ਸਤਰ ਗੁਜ਼ਾਰਿਸ਼ ਕੀਤੀ ਹੈ, ਅਜ਼ਾਦਾਰਾ ਬੜੀ ਸੋਹਣੀ ਹਾਇ ਕੀਤੀ, ਤ੍ਰੀਜੇ ਬਹਿਣ ਤੇ ਬਿਰਾ, ਬਿਰਾ ਦਾ ਨਾ ਰਜ਼ਾਏ ਤੇ ਭੈਣ ਉਹ ਜਿਹੜੋ ਘੁੰਮਦੀਆਂ ਪਹਾੜੀਆਂ 'ਚ, ਭਲਾ ਹੋਵੇ ਬੇ ਭਲਾ ਹੋਵੇ, ਘੁੰਮਦੀਆਂ ਪਹਾੜੀਆਂ 'ਚ ਟੁਰਨ ਦਾ ਰਾਹ ਨਹੀਂ ਲੱਭਦਾ। ਹਰ ਬੰਦਾ ਮੈਨੂੰ ਵੇਖੇ, ਮੈਂ ਹੁਸੈਨ ਦਾ ਅਦਾ ਕਰਾਂ, ਮਿਹਨਤ ਕਰਦਾ ਜੋ ਅਜ਼ਾਦਾਰ ਸਤਰ ਉਵੇਂ ਕਬੂਲ ਕਰਨ ਜਿਵੇਂ ਮੈਂ ਚਾਹੁੰਦਾ। ਪਹਿਲੇ ਭੈਣ ਤੇ ਬਿਰਾ, ਬਿਰਾ ਦਾ ਨਾਂ ਸ਼ਬੀਰ ਏ, ਭੈਣ ਫਾਤਿਹ ਸ਼ਾਮ ਏ। ਦੂਜੇ ਭੈਣ ਤੇ ਬਿਰਾ, ਬਿਰਾ ਦਾ ਨਾਂ ਅਲੀ ਅਕਬਰ ਏ, ਭੈਣ ਦੁੱਖਾਂ ਦੀ ਨਗਰੀ ਦੀ ਪਰਵਰਦਿਗਾਰ ਏ। ਤ੍ਰੀਜੇ ਭੈਣ ਤੇ ਬਿਰਾ, ਬਿਰਾ ਦਾ ਨਾਂ ਰਜ਼ਾ ਏ, ਤੇ ਭੈਣ ਮਾਸੂਮਾ ਏ, ਕੁੰਮੇ ਵੀਰ ਰਜ਼ਾਏ, ਭੈਣ ਮਸੂਮੇ, ਕੁੰਮੇ ਮਿੰਨਤ ਪੇ ਕਰਦਾ ਨਿੱਕੀ ਔਲਾਦ ਅਲਾ, ਹਾਏ ਮੂੰਹ ਚੁਕਰੇ ਚਾ ਫੂੜੀ ਦਾ ਮਾਲਕ ਰਾਜ਼ੀ ਹੋਸੀ ਵੈਦ ਸ਼ਾ। ਤ੍ਰੀਜੇ ਭੈਣ ਤੇ ਬਿਰਾ, ਬਿਰਾ ਦਾ ਨਾਂ ਅਲੀ ਅਸਗਰੇ, ਭੈਣ ਉਹ ਵੇ ਜਿਹੜੀ ਅਜੇ ਤਾਈ ਕਹਿਦਣੇ ਵਾਹ 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 ਕੁਰਬਾਨ ਹੋ ਜਾਵਾਂ। ਬਿਰਾ ਦਾ ਨਾਂ ਬਜ਼ੁਰਗ ਸੀ, ਜਿਤਨੀ ਵਾਰੀ ਆਖੋ, ਬਿਰਾ ਦਾ ਨਾਂ ਅਲੀ ਅਸਗਰੇ, ਭੈਣ ਉਹ ਜਿਹੜੀ ਅਜੇ ਤਾਈਂ ਕਹਿਦਣੇ। ਅੱਛਾ, ਉਹ ਤਰੇ ਵੱਡੇ ਹਨ, ਇਹ ਉਹਨਾਂ ਦੀ ਨਿਸਬਤ ਛੋਟੇ ਹਨ। ਭਲਾ ਬੋਲ ਕੇ ਮੇਰੀ ਗੱਲ ਦਾ ਪੂਰਾ ਮਜਮਾ ਸਾਡਾ ਜਵਾਬ ਦੇਵੇ। ਬਿਰਾ ਕਿਤਨੇ ਚਿਰ ਦਾ ਆਈ, ਬੋਲੋ ਬੋਲੋ, 6 ਮਹੀਨੇ ਦਾ। ਭੈਣ ਕਿਤਨੇ ਚਿਰ ਦੀ ਆਈ, ਹਰ ਸ਼ੀਆ ਨੂੰ ਪਤਾ ਹੈ, ਬਾਲਾਂ ਨੂੰ ਵੀ ਪਤਾ ਹੈ, 4 ਸਾਲ ਦੀ। ਬਿਰਾ ਨੂੰ ਲੱਗਾ ਕੀ, ਬੋਲੋ, ਤੀਰ, ਤੇ ਭੈਣ ਨੂੰ ਲੱਗੇ, ਪੜਾਓ ਮੇਰੇ ਨਾਲ ਰਲ ਕੇ, ਮੈਂ ਤੇ ਰਿਵਾਇਤ ਤੇਰੇ ਸਾਹਮਣੇ ਰੱਖੀ ਹੈ, ਜੋ ਤੂੰ ਪੜ ਕਰ ਰੋਜ਼ ਹੀ ਲੱਖ ਵਾਰੀ ਆਖਾਂ। ਬਿਰਾ ਨੂੰ ਲੱਗਾ ਤੀਰ, ਤੇ ਭੈਣ ਨੂੰ ਲੱਗੇ ਤਮਾਚੇ, ਮਰ ਜਾਵਾਂ ਜੁਮਲਾ ਕਿਵੇਂ ਆਖਾਂ। ਮਿਫਤਾਉਲ ਜੰਨਾ ਲਾ ਲਿਖਦਾ, ਜਿਹੜਾ ਬਿਰਾ ਨੂੰ ਤੀਰ ਲੱਗਾ ਹੈ ਉਹ ਕੱਦ ਨਾਲੋਂ ਵੱਡਾ ਹਾ, ਜਿਹੜੇ ਭੈਣ ਨੂੰ ਤਮਾਚੇ ਲੱਗੇ ਨਾ ਹੱਥ ਵੱਡੇ ਆ ਨਾ ਜਾ ਬੜੀ ਛੋਟੀ ਆਈ। ਇੱਥੇ ਹੱਥ ਰੱਖੋ, ਤੁਹਾਨੂੰ ਮਾਤਮ ਦਾ ਸਵਾਬ ਮਿਲ ਜਾਵੇ। ਅੱਲਾਹ ਅਕਬਰ, ਜਿਹੜੇ ਭੈਣ ਨੂੰ ਸੀ ਜ਼ਿਆਦਾ ਤਮਾਚੇ ਲੱਗੇ, ਦੀ ਲੱਖ ਵਾਰੀ ਆਖਾਂ ਹੱਥ ਵੱਡੇ ਆਲ ਜਾ ਬੜੀ ਛੋਟੀ ਆਈ। ਅੱਛਾ, ਸਾਰੇ ਰਾਹ ਟੁਰ ਪਈ, ਇਹ ਜੁਮਲਾ ਜ਼ਰੂਰ ਸਮਝਿਆ, ਸਾਰੇ ਰਾਹ ਟੁਰ ਪਈ। ਲਫ਼ਜ਼ ਤੇ ਕਿਤਨੇ ਬੰਦੇ ਹਾਏ ਕਰ ਸਨ, ਕਿਤਨੇ ਬੰਦੇ ਮੇਰੇ ਚਿਹਰੇ ਵੱਲ ਵੇਖ ਸਨ, ਮੈਂ ਨਹੀਂ ਜਾਣਦਾ। ਸਾਰੇ ਰਾਹ ਟੁਰ ਪਈ, ਇਤਨਾ ਪਾਣੀ, ਇਤਨਾ ਪਾਣੀ, ਦਬੀਰ ਵਾਸਤੇ ਇਤਨਾ ਪਾਣੀ, ਕਰਬਲਾ ਅਸਗਰ ਵਾਸਤੇ ਨਸ ਮੰਗਿਆ ਜਿਤਨਾ ਸਾਰੇ ਰਾਹ ਸਜਾਦ ਵਾਸਤੇ ਮੰਗਦੀ ਰਹੀ। ਮੈਂ ਸਦਕੇ ਜਾਵਾਂ, ਇਤਨਾ ਪਾਣੀ ਅਸਗਰ ਵਾਸਤੇ ਨਸ ਮੰਗਿਆ ਜਿਤਨਾ ਸਾਰੇ ਰਾਹ ਸਜਾਦ ਵਾਸਤੇ ਮੰਗਦੀ ਗਈ ਹੈ। ਸਾਰੇ ਰਾਹ ਮੰਗਦੀ ਗਈ ਹੈ, ਛੁੜੈਂਦੀ ਵੀ ਗਈ ਹੈ। ਹਾਏ ਹਾਏ ਹਾਏ, ਬਜ਼ੁਰਗਾਂ ਦੀ ਸਤਰ ਏ, ਜ਼ੈਦੀ ਸਾਹਿਬ ਕਿਬਲਾ ਫਰਮਾਉਂਦੇ ਹਨ, ਮੈਂ ਕਰਬਲਾ ਦੇ ਟਿੱਬੇ ਤੇ ਜਿਹੜੀ ਲਾਸ਼ ਹੁਸੈਨ ਚਾਹੀਏ ਧੀ ਨਾਲ ਚਵਾਈ। ਜ਼ੈਦੀ ਸਾਹਿਬ ਆਉਂਦੇ ਹਨ, ਧੀ ਨਾਲ ਚਵਾਈਏ, ਮੈਦਾਨ 'ਚੋਂ ਸ਼ਬੀਰ ਚਾ ਲਿਆਉਂਦੇ ਹਨ, ਅਤੇ ਜਦੋਂ ਪਹਿਲੀ ਕੈਨਾਤ ਦੇ ਅੰਦਰੋਂ ਆ ਕੇ ਹੁਸੈਨ ਜਣਦੇ ਹਨ, ਅਤੇ ਵੱਧ ਧੀ ਵੱਜਦੀ ਆ, ਵੱਧ ਪਿਓ ਨਾ ਦੀ ਆ, ਯਾ ਬਾਬਾ ਮੈਂ ਚਵਾਵਾਂ, ਅੱਗੇ ਮਜਬੂਰੀ ਆਈ ਜੋ ਬਾਹਰ ਨਹੀਂ ਆ ਸਕਦੀ, ਹਾਏ ਕਰਦੇ ਹੋ, ਆ ਬਾਬਾ ਮੈਂ ਤੇਰੇ ਨਾਲ ਚਵਾਵਾਂ। ਜਿਹੜੀ ਲਾਸ਼ ਸ਼ਬੀਰ ਚਾਹੀਏ ਧੀ ਨਾਲ ਚਵੈਂਦੀ ਰਹੀਏ, ਅਤੇ ਕਰਬਲਾ ਤੋਂ ਲੈ ਕੇ ਸ਼ਾਮ ਤਾਈਂ ਜਿਨ ਵੀ ਸ਼ਿਮਰ ਮਾਰਿਆ ਹੈ ਮਸੂਮਾਂ ਛੁੜੈਂਦੀ ਰਹੀਏ। ਹਾਏ ਕੁਰਬਾਨ ਹੋ ਜਾਵਾਂ, ਮਾਸੂਮਾਂ ਛੁੜੈਂਦੀ ਰਹੀਏ। ਲੋ ਇੱਕ ਰਿਵਾਇਤ ਏ ਜਿਸ ਵਾਸਤੇ ਮੈਂ ਮਿਹਨਤ ਕਰਾਇਆ, ਉਹ ਤੇਰੇ ਹਵਾਲੇ ਕਰਨਾ ਚਾਹੁੰਦਾ। ਕਰਬਲਾ ਤੋਂ ਟੁਰਦਿਆਂ ਕਰਬਲਾ ਦੀ ਸ਼ੇਰ ਦਿਲ ਖਾਤੂਨ ਆਪਣੀ ਨਿੱਕੀ ਪਾਕ ਭੈਣ ਨੂੰ ਫਰਮਾਇਆ ਕਿ ਜਿੱਥੇ ਤੁਹਾਡੀ ਡਿਊਟੀ ਏ, ਜਿੱਥੇ ਜਿਹੜੀ ਜਾ ਤੇ ਕਾਫਲਾ ਰੁਕੇ ਉੱਥੇ ਬਾਲ ਗਿਣ ਲੈ ਕਰੋ, ਜਿੱਥੋਂ ਮੁੜ ਤੁਰੇ ਉੱਥੇ ਮੁੜ ਗਿਣ ਲੈ ਕਰੋ, ਤਾਂ ਕਿ ਸਾਰੇ ਰਾਹ ਪਤਾ ਲੱਗਦਾ ਰਹੇ ਬੇ ਲੱਗਾ ਕੀ ਏ। ਵਾਹ ਵਾਹ, ਲੱਗਾ ਕੀ ਏ, ਮਤਲਬ ਲਫ਼ਜ਼ ਆਖਣਾ ਭਾਈ, ਅਗਲੀ ਡਿਊਟੀ ਤੂੰ ਆਪ ਕਰਨੀ, ਲੱਗਾ ਕੀ ਏ, ਬੱਚਿਆ ਕੀ ਏ। ਇੱਕ ਜੁਮਲਾ ਛੋੜੂ ਆਈ, ਮਜ਼ਮੂਨ ਦੀ ਸਮਝ ਨਾ ਸੀ, ਜੋ ਲਫ਼ਜ਼ ਮੈਂ ਛੋੜ ਜਾਵਾਂ, 4 ਮਿੰਟ ਤੇਰੇ ਸਾਹਮਣੇ ਖਲੋਤਾਂ, ਤਵੀਲ ਸਫ਼ਰ ਏ, ਹੁਕਮ ਵੀਰਾਂ ਦਾ ਪੂਰਾ ਹੋ ਗਿਆ, ਮੈਂ ਸਾਹਿਬ ਦਾ ਖਵੈਣ ਕਰਨਾ ਚਾਹੁੰਦਾ। ਆਖਰੀ ਵਿਦੇ ਦੇ ਟਾਈਮ ਸ਼ਬੀਰ ਘੋੜੇ ਤੇ ਬਹਿ ਕੇ ਫਰਮਾਇਆ, ਆਲੀਆ
तेरी जोड़ी मेरे हवाले। दूजी वारी इमाम आख्या तेरी जोड़ी मेरे हवाले। त्रीजी वारी पलकां तो रथ पूज के शबीर आख्या आलिया तेरी जोड़ी मेरे हवाले। भैन अगां वध के आदि मैं ते सदका कीते आल बार बार धुरेंदे पियो लगदे मैन कोई भारा भार चवाओ आखना की चाहते हो। मासूमा दा हाथ नप के भैन दे हाथ रख के आदे मेरी धी तेरे हवाले। नीति बई नीति हाय करण की कोशिश करी मेरी धी तेरे हवाले। सारे रा ख्याल रख दिया ते टुलदी रही आधी रही जिथे बाल गिणने ओनी काफला रुके गिणे जिथू टुरन वत गिणे। मैन पता लगता रवे लगा की है बचिया की है। मूसल दे करीब काफला पहुंचया आका मादी लखनवी रिवायत लिखी है ते मैं मिनो आन रिवायत पे पढ़दा बाकी किवें पढ़दे न। मैं किसे आजाद हर जाकर दी जुत्ती दा नौकर हाँ मैं जिवें लभी है मैं उवें तैनू सुना रहा। आदे के दे प्या लांदाई शिमर ऐलान किया अज दी रात मूसल दे बार रसाए इसे सहराज इत्थे काफला रुके। कई सिपाहियां तंबू लाने शुरू किए बाबा जी कई कनातां लाणियां शुरू कीतियां कई समान ला लिया कई लांदे पियां। यह घोड़ा सवार आया उस नकाब लाया तो शिमर नूं आखिया मैं हकूमती जसूस हाँ इतलाह देण आया है सामना शहर जिहड़ा सजिया कोई नहीं क्यों ये अली दे शियां दा। अच्छा इतना ही शिया रहिंदे ने अली दे तो सारे तैयारी पे करदे राती शब खून मार के सिर भी खो ले सन कैदी भी छुड़ा ले सन। बस शिमर जल्दी नल घोड़े ते चढ़ के नगारे ते चोट मारी ऐसा क्या टुरो कितने हाय कर सो मैं नहीं जानता एडियां त्रिखियां टुरियां जो बाल गिण न सकिया। आ गई सारे मजमे दी हाय आ गई भला वे बाबा नौकरी है मेरी भाई जी एडियां त्रिखियां टुरियां जो बाल गिण न सकिया। मेरा कम में मैं दर्दा दे कहानी तेरे सामने रख देवा कोई इबादत तू आप करनी गिण न सकिया। त्रै मीलां ते अज दे दौर दे कम अज कम 9 किलोमीटर बनते 9 किलोमीटर ते जाके शब्बीर दे सिर अली सांग जमीन च लै गई। भाई मुख्तार जी सिर अली सांग जमीन च लै गई। मजमून दी सतर पढ़दा है बड़े अजादार ने अगर कबूल फरमा लई उन्हें लह गई। शिमर लेंदा है जोर सांग नहीं निकलती काफला रुक गया। हसीन लेंदा है जोर सांग नहीं निकलती। इस बंदे नु पता है जो शबीर नु कितनी मोहब्बत है सारे जोर लेंदे न सांग नहीं निकलती। मैं रिवायत की माफी दी व्या जड़े जंडीर जन मातमी हो शिमर दे हाथ च कुछ है आई ओ जा के 5 मिनट सजाद दी कण पिछो खलोता रहा है। इस तो बाद अदब तेन की समझा लवा मैं रिवायत तेन समझ आ गई जो मैं की प्याना 5 मिनट सजाद दी कंड पिछु खलोता रहा है या रात दी चादर सजाद दी कंड ते रुड़ी है। ओ हाय कर करो वाले कड़िया तो मत्था चा के आदा तेन मेरे जिहा बेवारस कैदी नहीं लभना। सजाद आदा जितना मर्जी आ मार पर तेरी मिन्नत करदा ओ तो ना मार जो मावा वेदियां हो अपने दर्दा तो बाद मेरे दर्द नु रोंदियां ने या हुसैन अपने दर्दा तो बाद मेरे दर्द नु रोंदे क्यों मरना है। अदा तू इमाम है तेरा पुत्र इमाम है ते ओ भी इमाम है जड़ा सांग ते तेन पता उसी भई ओ क्यों नहीं टुरदा। मैंने माफी दी वे मैं थोड़े हाँ ते खंजर चलाऊँ ओ क्यों नहीं टुरदा। कड़िया तो मत्था चाह के ते मामल अल वेख्या मामल मैं प्याना जो हाई ओ शिया नु पता है ए जुत्ता वेख के ते रो रो के प्याद है फुफी बाल गिणे नहीं तेरी उतनी ते हाय निकले जितनी अली दिया धीया दी निकली है। मेरी सहन एक बारी सज्जे वेख्या एक बारी खब्बे वेख्या ते रो के अपनी निक्की भैन नूं आदन तू संभाल गिणे न मामल ते टक्कर मार के आदि उजड़ गईया मासूमा नाल कोई नहीं है। या हुसैन सैयदादा इंजी हाय करनी चाहिदी है वेड़े हले ना करण ते बारलियां नूं दर्दां दा पता ही नहीं लगदा। हाय मैं उजड़ गई हाँ मेरी मासूमा नाल कोई नहीं नेड़े आके आदे शिमर ओ पिछला जंगल उत्थे मेरी बहन रह गई ते हुण हो गया हनेरा जो रात फैलन लग पई है। तो इजाजत दे मैं जाके मासूमा ले आवां तुसी आए ना कीती कमीना हस के आदे प्यो नूं आख टुरे वक्त कोई नहीं। सैयद आदे मेरी बहन रह गई आदे बाल लगे नहीं रांदे रहे हुण जिन सईदां दी इज्जत दा पता है उंदे ते हाय वाजब है जमीन ते झण के आदे ओ पुत्रां ते ए धी है।
ਮੈਂ ਸਦਕੇ ਹੋ ਜਾਵਾਂ। ਉਹ ਪੁੱਤਰਾਂ ਨੇ ਇਹ ਧੀਏ, ਇਹ ਸਾਡੀ ਗੈਰਤ ਦਾ ਮਸਲਾ ਹੈ। ਉਦੋਂ ਤੇ ਕਾਫਲਾ ਨਹੀਂ ਟੁਰਨਾ। ਹੁਸੈਨ ਕਿਹਾ ਆਈ ਜੁਮਲਾ ਕਿਹੜਾ ਸ਼ਬੀਰ ਆਦਾ ਹੈ, ਮੇਰੀ ਕਾਇਨਾਤ ਦਾ ਨਾਮ ਮਸੂਮ ਹੈ, ਸ਼ਬੀਰ ਆਦਿਆਂ ਨੇ ਮੇਰੀ ਕਾਇਨਾਤ ਪਿੱਛੇ ਰਹਿ ਗਈ ਹੈ, ਮੈਂ ਕਿਵੇਂ ਟੁਰਾਂ। ਬੜਾ ਸੋਹਣਾ ਗਿਰੀਆ ਨਸੀਬ ਦਾ ਹੋ ਗਿਆ, ਮੈਂ ਵੈਣ ਦੇ ਸਤਰ ਦੇ ਕਰੀਬ ਆਵਾਂ, ਸ਼ਿਮਰ ਘੋੜੇ ਤੇ ਚੜਿਆ, ਤੜਪੀ ਅਲੀ ਦੀ ਧੀ ਉੱਠ ਤੇ, ਜਿਤਨਾ ਗਾਜ਼ੀ ਦੇ ਬਾਜ਼ੂਆਂ ਦੇ ਕਟੀਣ ਤੇ ਮਾਤਮ ਕੀਤਾ, ਐਵੇਂ ਉੱਚੀਆਂ ਉੱਚੀਆਂ ਢਾਈ ਮਾਰ ਕੇ ਰੋਂਦੀ ਹੈ ਤੇ ਰੱਸੀਆਂ ਵਾਲੇ ਹੱਥਾਂ ਨਾਲ ਮਾਤਮ ਕਰਦੀ, ਕਦੀ ਆਪਣਾ ਮੱਥਾ ਉੱਠਦੀ ਕੁਹਾਣ ਤੇ ਮਾਰਦੀ ਤੇ ਰੋ ਕੇ ਆਦੀ ਹੈ, ਵੇ ਮੁਹਾਰੀ ਜੇ ਇਹ ਗਿਆ ਤੇ ਮੁੜ ਜੀਂਦੀ ਨਾ। ਨਹੀਂ ਸਮਝੀ ਸਾਰੇ ਬੰਦਿਆਂ ਜੋ ਮੈਂ ਕੀ ਆਖਿਆ, ਜੇ ਇਹ ਗਿਆ ਤੇ ਮੁੜ ਜੀਂਦੀ ਨਾ ਸੀ, ਇਹਦੀਆਂ ਝਿਣਕਾਂ ਦੀ ਤੇ ਡਰੀ ਹੋਈ ਹੈ, ਜਿਹਨੂੰ ਇਹਦੇ ਜ਼ੁਲਮ ਯਾਦ ਨੇ ਉਹਦੀ ਤੇ ਚਾਚਾ ਹੈ ਨਿਕਲਣੀ ਚਾਹੀਦੀ ਹੈ। ਸਜਾ ਦਾ ਤੇ ਮੈਂ ਜਾਣਾ ਆਦਾ ਨਹੀਂ, ਮੈਂ ਜਾਸਾਂ ਤੂੰ ਇਤਨਾ ਲੋਹਾ ਪਾਈ ਵਧਾ। ਇਹ ਘੋੜੇ ਤੇ ਚੜਿਆ, ਬਿਸਮਿਲ੍ਲਾ, ਇਹ ਘੋੜੇ ਤੇ ਚੜਿਆ, ਇਹ ਘੋੜੇ ਤੇ ਚੜਿਆ, ਇਬਤਦਾਏ ਮਜਲਿਸ ਦਾ ਵੈਣ ਮੈਂ ਤੇਰੇ ਹਵਾਲੇ ਕਰਨਾ ਚਾਹੁੰਦਾ। ਇਹ ਘੋੜੇ ਤੇ ਚੜਿਆ, ਨਾਲ ਖਲੋਤਾ ਹੀ ਅਬਦੁੱਲਾ, ਹਾਈ ਅਸਕਲਾਨੀ, ਹਾਈ ਫੌਜੇ ਸ਼ਾਮ ਵਿੱਚ। ਇਹ ਆਦਾ ਜਦੋਂ ਮੇਰੇ ਕੰਨਾਂ 'ਤੇ ਗੱਲ ਪਈ ਹੈ ਨਾ, ਤਾਂ ਮੈਂ ਲੁਕਿਆ ਛੁਪਿਆ ਮੰਨਣ ਵਾਲਾ ਵੀ ਆਈ ਅਤੇ ਧੀ ਵਾਲਾ ਵੀ ਆਏ, ਉੱਚਾ ਵੈਣ ਕਰਕੇ ਆਦਾ ਉਹ ਏਡੀਆਂ ਉੱਜੜ ਗਈਆਂ ਨਹੀਂ, ਹਾਏ ਨਿਕਲੀ ਸਾਰਿਆਂ ਦੇ ਮੂੰਹ ਵਿੱਚੋਂ, ਉਹ ਏਡੀਆਂ ਪੱਥਰ ਨਹੀਂ ਹੁੰਦਾ, ਲਫ਼ਜ਼ ਹੁੰਦਾ ਮਸਾਬ ਦਾ, ਉਹ ਏਡੀਆਂ ਉੱਜੜ ਗਈਆਂ ਹੋਏ ਅਲੀ ਦੀਆਂ ਧੀਆਂ, ਏਡੀਆਂ ਉੱਜੜ ਗਈਆਂ। ਚੰਨ ਬੜਾ ਸੋਹਣਾ ਪੇ ਚੱਲਦਾ, ਮਦਦ ਕਰੀ ਮੈਂ ਇੱਕ ਵਹਿਣ ਕਰਾਂ, ਏਡੀਆਂ ਉੱਜੜ ਗਈਆਂ। ਨੂਰੀ ਮਹਿਬਲ ਦੇ ਨੇੜੇ ਆ ਕੇ ਆਦਾ, ਆਲੀਆ ਰੋ ਨਾ ਸਹਿਣ, ਰੋ ਨਾ ਬੀਬੀ, ਮੇਰਾ ਵਾਅਦਾ ਹੋ ਗਿਆ, ਮੈਂ ਜਾਣਾ ਤੇ ਮੈਂ ਇਹਨੂੰ ਹੱਥ ਵੀ ਨਾ ਲਾਣ ਦੇ ਸਾਂ ਜਬ ਤੱਕ ਮੈਂ ਜੀਨਾ, ਮੇਰੀ ਸਹਿਣਾ ਦੀ ਤੇਰਾ ਭਲਾ ਹੋਵੇ। ਇਹ ਆਦਾ ਗੱਲਾਂ ਕਰਦਿਆਂ ਮੈਨੂੰ 4 ਮਿੰਟ ਦੇਰ ਹੋਈਏ, ਗੱਲਾਂ ਕਰਦਿਆਂ ਮੈਨੂੰ 4 ਮਿੰਟ ਦੇਰ ਹੋਈਏ। ਇਹ ਆਦਾ ਮੈਂ ਪਿੱਛੋਂ ਘੋੜੇ 'ਤੇ ਚੜਿਆ, ਸ਼ਿਮਰ 4 ਮਿੰਟ ਪਹਿਲੇ ਚੜ ਗਿਆ ਸੀ, ਉਹਦਾ ਸ਼ਾਹੀ ਘੋੜਾ ਆਈ, ਉਸ ਜਲਦੀ ਨਾਲ ਘੋੜਾ ਭਜਾਇਆ, ਮੈਂ ਘੋੜੇ ਦੀ ਵਾਗ ਚਾਹੀ। ਆਦਾ ਜਦੋਂ ਵਾਗ ਚਾਹੀਏ ਮੁਜ਼ੰਮਲ, ਮੇਰੇ ਕੰਨਾਂ 'ਤੇ ਆਦਾ ਇੱਕ ਵਹਿਣ ਆਇਆ, ਕਹਿੰਦਾ ਮੈਂ ਸਿਰ ਚਾਹ ਕੇ ਤੇ ਨਾ ਹੀ ਡਿੱਠਾ, ਜੋ ਮੈਂ ਤੇ ਨੌਕਰ ਆਈ, ਮੈਨੂੰ ਇਹ ਪੱਕ ਲੱਗ ਗਿਆ ਜੋ ਇਹ ਵਹਿਣ ਅਲੀ ਅਸਗਰ ਦੀ ਮਾਂ ਹੈ। ਜਿਹਦੀ ਖਾਲੀ ਝੋਲੀ ਹੋਵੇ ਉਹ ਪਿੰਨਣ ਦੀ ਕੋਸ਼ਿਸ਼ ਕਰੇ, ਵਹਿਣ ਅਲੀ ਅਸਗਰ ਦੀ ਮਾਂ ਹੈ। ਭਾਈ ਜ਼ਵਾਰ ਜੀ, ਵਹਿਣ ਦੀ ਕੈਫੀਅਤ ਸਮਝਿਆ, ਮੈਂ ਬੜਾ ਕਰੀਬ ਕਰ ਲਿਆ ਮੈਂ ਜਵੇ ਨੂੰ ਇਸ ਰਿਵਾਇਤ ਦੇ, ਵਹਿਣ ਅਲੀ ਅਸਗਰ ਦੀ ਮਾਂ ਹੈ ਤੇ ਕੀਤਾ ਪਤਾ ਕਿਹੜਾ, ਵਾਲ ਮੇਰੀ ਸਹਿਣ ਦੇ ਮਾਮਲ ਤੇ ਖੁੱਲ ਗਏ, ਅਕਲ ਮਾਰ ਕੇ ਆਦੀ ਹੈ ਮੇਰੇ ਅੱਲਾ, ਅੱਗੇ ਪੁੱਤਰ ਕਰਬਲਾ ਰਹਿ ਗਿਆ, ਹੁਣ ਧੀ ਜੰਗਲਾਂ ਦੇ ਵਿੱਚ ਰੁੱਲ ਗਈ। ਭਲਾ ਹੋਵੇ ਭਾਈ ਜੀ, ਭਲਾ ਹੋਵੇ ਆਤਮਾਤਮੀ ਦਾ ਹੋਵੇ ਤੇ ਹਾਂ ਤੇ ਨਾ ਹੋਵੇ, ਕਿਵੇਂ ਹੋ ਸਕਦਾ ਹੈ। ਅੱਗੇ ਪੁੱਤਰ ਕਰਬਲਾ ਰਹਿ ਗਿਆ, ਹੁਣ ਧੀ ਜੰਗਲਾਂ ਦੇ ਵਿੱਚ ਰੁੱਲ ਗਈ, ਤੇਰੀ ਹਾਏ ਨਿਕਲੀਏ ਅਬਦੁੱਲਾ ਦੇ, ਮੈਂ ਰੋਂਦਿਆਂ ਹੋਇਆ ਘੋੜਾ ਭਜਾਇਆ, ਇਸ ਹਰਾਮ ਦਾਦੇ ਦਾ ਘੋੜਾ ਪਹਿਲੇ ਲਾਈ ਲੱਦੈ, ਧੂੜ ਉੜਦਾ ਮੇਰਾ ਟਿੱਬੇ ਤੇ ਚੜਿਆ, ਇਹਦਾ ਘੋੜਾ ਲਹਿ ਗਿਆ, ਇਹ ਹਰਾਮ ਦਾਦਾ ਘੋੜੇ ਤੇ ਬਹਿ ਕੇ ਹੱਥ ਤੇਰੇ ਗਈ ਸ਼ਹਿ ਚਾਹੀਏ। ਰਿਵਾਇਤ ਮੈਂ ਨਹੀਂ ਪੜਦਾ ਜੋ ਤੇਰਾ ਜਿਗਰ ਨਾ ਹਲ ਜਾਵੇ, ਹਾ ਤੇਰੇ ਕੇ ਸ਼ਹਿ ਚਾਹੀਏ, ਇਸ ਹਰਾਮ ਦਾਦੇ ਘੋੜੇ ਤੇ ਬਹਿ ਕੇ ਬੁਲੰਦ ਕੀਤੀਏ, ਤੇ ਗੁੱਸੇ ਦੇ ਨਾਲ ਆਦੇ ਕਹਿੰਦੇ ਹੁਕਮ ਦੇ ਨਾਲ, ਹੋ ਤੂੰ ਸਮ ਗਈ ਹਾਵੇ, ਮੈਂ ਕੋਡਾ ਸਚਾ ਬਿਨੇ ਤੇ ਇਮਾਮੇ, ਤਾਂ ਹੋਇਆ ਕਿਆ ਏ ਸਾ ਤੰਗ ਥੀ ਗਏ, ਹੋ ਮਾਸੂਮ ਦੇ ਕੀਤਾ ਮੁਸ਼ਕਲ ਨਾਲ ਕਲਾਮੇ। ਜਿਤਨੇ ਬੰਦੇ ਧੀਆਂ ਲੈ ਉਹ ਜਾਣ ਪਈਏ, ਰੋਂਦੀਏ ਤੇ ਰੋ ਕੇ ਆਦੀਏ, ਮੈਂ ਕੋ ਮਾਫ ਚੱਕਰ ਹੋ ਵੱਲ ਨਾ ਸਮਦੀ, ਮੇਰੀ ਅੰਬੜੀ ਟੁਰ ਗਈ। ਭਲਾ ਹੋਈ ਕੁਰਬਾਨ ਜਾਵਾਂ, ਕੁਰਬਾਨ ਜਾਵਾਂ, ਜਿਹੜੇ ਵੇਣ ਵਾਸਤੇ ਮਿਹਨਤ ਕਰਾਇਆ, ਹਰ ਅਜ਼ਾਦਾਰ ਮਾਤਮੇ ਮੇਰੇ ਹੱਲ ਵੇਖੇ, ਉਹ ਸਦਰ ਤੇਰੇ ਹਵਾਲੇ ਕਰਾਂ, ਜਿਹਦੇ ਤੇ ਰੁੱਲੀ ਹੋਈ ਸਹਿਣ ਦੀ ਮੋਹਰੇ। ਗੱਲ ਉਸ ਬੰਦੇ ਨਾਲ ਏ ਜਿਹੜਾ ਬੰਦਾ ਕੈਫੀਅਤ ਮਸਾਹਿਬ ਨੂੰ ਸਮਝਦਾ, ਜਿਹੜਾ ਬੰਦਾ ਮਸਾਹਿਬ ਦੀਆਂ ਰਾਹਾਂ ਤੋਂ ਵਾਕਫ ਏ, ਜਿਹੜਾ ਬੰਦਾ ਅਦਬ ਸਮਝਦਾ, ਮੇਰਾ ਵੈਣ ਸਮਝੇ ਅਬਦੁੱਲਾ ਦੇ, ਜਿਹੜੇ ਵੇਲੇ ਮੈਂ ਨੇੜੇ ਹੋਇਆ ਆਦੇ ਮੈਂ ਮਰ ਗਿਆ ਹੋਵਾਂ, ਮੈਂ ਮੰਜ਼ਰ ਨਾ ਵੇਖਾਂ, ਇੱਕ ਬੱਚੀ ਏ ਜਿਹਦੇ ਹੱਥ ਬੱਧੇ ਹੋਏ,
ਕਹਿ ਵੇਲੇ ਸੱਜੇ ਭਰ ਦੀਏ, ਕਹਿ ਵੇਲੇ ਖੱਬੇ ਭਰ ਦੀਏ, ਤੇ ਕਰਬਲਾ ਵਾਲੇ ਪਾਸੇ ਮੂੰਹ ਕਰਕੇ ਰੋ ਰੋ ਕੇ ਆਦੀਏ, ਛੋੜ ਬਾਬਾ ਕਰਬਲਾ ਉਜੜੀ ਦੀਦ ਸਰ ਤੇ ਆ, ਕਾਫਲੇ ਤੋਂ ਮੈਂ ਡੁਗੀ ਥੀ ਗਈਆਂ ਜੁਦਾ, ਛੋੜ ਵੱਡੀ ਇਬਾਦਤ ਮਾਤਮ ਹੁਸੈਨ ਦੇ ਰੁਨੀਏ ਤੇ ਰੋ ਕੇ ਆਦੀਏ, ਛੋੜ ਬਾਬਾ ਕਰਬਲਾ ਉਜੜੀ ਦੀਦ ਸਰ ਤੇ ਆ, ਕਾਫਲੇ ਤੋਂ ਮੈਂ ਡੁਖੀ ਥੀ ਗਈਆਂ ਜੁਦਾ, ਥੱਕ ਪਈਆਂ ਮੈਂ ਡਾਡੀ ਮੈਂ ਕੁਖਾ ਸਫਰ ਗਿਆ, ਰਹਿ ਗਈਆਂ ਪਿੱਛਾ ਮੈਂ ਕਾਫਿਲਾ ਗੁਜ਼ਰ ਗਿਆ, ਖੌਫ ਤੇ ਖਤਰ ਵੀ ਹੈ ਕਾਤਲਾ ਦਾ ਡਰ ਵੀ ਹੈ ਜ਼ਾਲਮਾਂ ਦੇ ਜ਼ੁਲਮ, ਵਾਹ ਮੂੰਹ ਤੇ ਮਾਤਮ ਕਰਨ ਵਾਲੇ, ਵਾਹ ਹਾਇ ਕਰ ਕੇ ਰੋਵਣ ਵਾਲੇ ਅਜ਼ਾਦਾਰ, ਪੂਰੇ ਮਜਮੇ ਨੇ ਮੁਕਾਨ ਫੈਲ ਗਈ ਹੈ, ਹਰ ਬੰਦਾ ਕਫੀਅਤ ਸਮਨ ਗਿਆ, ਪੀਰ ਬਾਦਸ਼ਾਹੀ ਸੈਯਦਾਦਾ ਦਵੀਰ ਵੀਰਾ ਭਾਈ ਸਵਾਰ, ਰੁੱਲੀ ਹੋਈ ਧੀ ਸ਼ਬੀਰ ਦੀ, ਜ਼ਖਮੀ ਧੀ ਹੁਸੈਨ ਦੀ, ਕਹਿ ਵੇਲੇ ਸੱਜੇ ਬਲਦੀ ਏ, ਕਹਿ ਵੇਲੇ ਖੱਬੇ ਬਲਦੀ ਏ, ਤੇ ਰੋ ਰੋ ਕੇ ਆਦੀਏ, ਵੇ ਵਾਲੀ ਜੱਲਦ ਦਾ, ਵੇ ਵਾਲੀ ਅਰਸ਼ੇ ਬਰੀ ਦਾ, ਥੱਕ ਪਈਆਂ ਮੈਂ ਡਾਡੀ ਮੈਂ ਕੁਖਾ ਸਫਰ ਗਿਆ, ਰਹਿ ਗਈਆਂ ਪਿੱਛਾ ਮੈਂ ਕਾਫਿਲਾ ਗੁਜ਼ਰ ਗਿਆ, ਖੌਫ ਦੇ ਖਤਰ ਵੀ ਹੈ ਕਾਤਲਾਂ ਦਾ ਡਰ ਵੀ ਹੈ ਜ਼ਾਲਮਾਂ ਦੇ ਜ਼ੁਲਮ ਤੋਂ, ਆ ਮੈਂ ਕੋ ਬਚਾ, ਖੌਫ ਤੇ ਖਤਰ ਵੀ ਹੈ ਕਾਤਲਾਂ ਦਾ ਡਰ, ਭਲਾ ਹੋਵੇ ਭਲਾ ਹੋਵੇ ਭਲਾ ਹੋਵੇ ਸਤਿਗੁਰ ਟੇ ਦਾ ਮਹਾਰਾਜ ਮਜਲਸ ਆਈ, ਮੈਂ ਜੁਮਲਾ ਕਿਹਾ, ਮੇਰੇ ਬਾਦ ਮਿੰਬਰ ਤੇ ਪੀਰ ਅਲੀ ਰਜ਼ਾ ਬਾਦਸ਼ਾਹ ਉਸਤਾਦ ਦੀ ਸ਼ਾਨ ਮੌਜੂਦ ਹਨ, ਮੇਰੇ ਦਾਮਨ ਦੇ ਹੱਥ ਪਾ ਕੇ ਅਦਲ ਗੁਲਾਮ ਬਾ ਮਜਮੇ ਨੂੰ ਇੱਕ ਗੱਲ ਦੱਸ, ਮੈਂ ਅੱਗੇ ਦੀ ਕਿਹੜੀ ਗੱਲ ਅੱਗੇ ਇਹਨਾਂ ਨੂੰ ਸਮਝਾ, ਚਾਚੇ ਤੇ ਬਤਰੀ ਦਾ ਕੋਈ ਅਜੀਬ ਮੁਕੱਦਰ ਆਈ, ਚਾਚੇ ਤੇ ਬਤਰੀ ਦਾ ਕੋਈ ਅਜੀਬ ਨਸੀਬ ਆਈ, ਚਾਚੇ ਦੀਆਂ ਬਾਈ ਕੱਟ ਕੇ ਮਾਰਿਆ ਨੇ, ਧੀ ਦੀਆਂ ਬਾਈ ਬਣ ਕੇ ਮਾਰਿਆ ਨੇ, ਸ਼ਾਬਾਸ਼ 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 ਰੁਨੇ ਹੋ ਬਈ ਅਦਬ ਸਮਝ ਗਏ, ਚਾਚੇ ਦੀਆਂ ਬਾਈ ਕੱਟ ਕੇ ਮਾਰਿਆ ਨੇ, ਸੈਯਦਾਦਾ ਧੀ ਦੀਆਂ ਬਾਈ ਬਣ ਕੇ ਮਾਰਿਆ ਨੇ, ਗੱਲ ਉਸ ਬੰਦੇ ਨਾਲ ਲੈ ਜਿਹਦਾ ਹੱਥ ਜਾਂ ਤਕਬੀਰਾ ਤੁਲ ਇਰਾਮ ਚ ਉੱਠਦਾ ਹੈ, ਜਾਂ ਸ਼ਬੀਰ ਦੇ ਮਾਤਾ ਮੇਰੇ ਉੱਠਦਾ ਹੈ, ਮੇਰੀ ਸੈਣ ਮੇਰਾ ਚੰਨ ਕਰਬਲਾ ਤੋਂ ਮੂੰਹ ਕੀਤਾ ਹੈ, ਤੇ ਆਦਿ ਕਿਹੜੀ ਗੱਲ ਹੈ, ਬਾਬਾ ਮੈਂ ਕੁਬਉ ਸਿਮਰ ਮਰੇਂਦਾ ਏ, ਹਾਏ ਹਾਏ ਹੱਦ ਕੇ ਦੁਰ ਮੇਡੇ ਮੈਂ ਕੂੜ ਖੇਂਦਾ ਏ, ਆਦ ਸਾਦੇ ਅਬਾਸ ਨੂੰ ਤੇ ਕੋ ਬਚਾ ਗਿਨੇ, ਤੇਡੇ ਦੁਰ ਜਫਰ ਦੇ ਮੈਂ ਕਨੂ ਬਲਾ ਗਿਨੇ, ਆ ਗਿਆ ਓ ਬੇਹਯਾ ਬਾਬਾ ਹੁਣ ਨਾ ਦੇਰ, ਹਾਏ ਹਾਏ ਕੁਰਬਾਨ ਹੋ ਜਾਵਾ ਦੀ ਮਲੰਗ ਜਿਤਨੀ ਵਾਰੀ ਆਗੋ, ਮੈਂ ਚਾਹਨਾ ਬੰਦੇ ਅਦਬ ਸਮਝ ਕੇ ਰੋਵਣ, ਰਿਵਾਇਤ ਸੁਣ ਕੇ ਨਹੀਂ, ਜਿਤਨੀ ਵਾਰੀ ਆਗੋ ਮੇਰੀ ਨੌਕਰੀਏ ਰੋਂਦੀ ਆਈ ਤੇ ਰੋ ਰੋ ਕੇ ਅਦੀ ਆਈ, ਵੇ ਅਰਸ਼ੇ ਬਰੀ ਦਾ ਮਾਲਕ, ਆ ਗਿਆ ਓ ਬੇਹਯਾ ਬਾਬਾ ਹੁਣ ਨਾ ਦੇਰ ਲਾ, ਭਲਾ ਹੋਵੀ ਭਲਾ ਹੋਵੀ ਜਿਹੜੀ ਸਤਰ ਵਾਸਤੇ ਮੈਂ ਮਿਹਨਤ ਕਰਾਇਆ, ਹਰ ਬੰਦਾ ਮੇਰੇ ਹੱਲ ਵੇਖੇ ਤੇ ਮੈਂ ਵੈਣ ਤੇਰੇ ਹਵਾਲੇ ਕਰਾਂ, ਅਬਦੁੱਲਾ ਦੇ ਇਸ ਹਰਾਮਜ਼ਾਦੇ ਹੱਥ ਚ ਆਇਆ ਡੇਢ ਮਿੰਟ ਦੀ ਬੁਕਾਇਆ ਮੁਕਾਨ, ਅਦੇ ਮੈਂ ਦੇ ਹੱਥ ਹੱਥ ਪਾ ਕੇ ਅਦੇ ਬੇਵਾਰਸ ਨਹੀਂ ਮੈਂ ਆ ਗਿਆ, ਤੁਸਾਂ ਆਏ ਕੀਤੀ ਹੈ ਜਿਹੜੇ ਧੀਆਂ ਲੈ ਬੈਠੇ ਹੋ, ਅਬਦੁੱਲਾ ਦੇ ਮੈਂ ਸੱਜੇ ਵੇਖਿਆ ਤੇ ਬੱਚੀ ਕੋਈ ਨਹੀਂ, ਮੈਂ ਖੱਬੇ ਵੇਖਿਆ ਤੇ ਬੱਚੀ ਕੋਈ ਨਹੀਂ, ਅਦੇ ਜਿਹੜੇ ਵੇਲੇ ਮੈਂ ਕੰਨ ਪਿੱਛੋਂ ਵੇਖਿਆ ਮੈਂ ਮਰ ਗਿਆ ਹੋਵਾਂ, ਰੱਸੀਆਂ ਲੈ ਹੱਥ ਜੋੜੀ ਖਲੋਤੀ ਆਈ, ਅਕਲ ਮਾਰ ਕੇ ਆਦੀਏ ਤੇਰਾ ਭੱਲਾ ਹੋਵੇ ਮੈਂ ਹੁਸੈਨ ਦੀ ਧੀਆਂ, ਉਹ ਤੇਰਾ ਭੱਲਾ ਹੋਵੇ ਮੈਂ ਜੰਗਲਾਂ ਵਿੱਚ ਭੱਲਾ ਹੋਵੀ। ਪੜਾਮਾ ਸਾਹਿਬ ਦੀ ਇੱਕ ਸਤਰ ਹੈ, ਇਜਾਜ਼ਤ ਬਈ ਜਿਤਨੇ ਹੱਥ ਚੀਕਣ ਮਾਤਮ ਵਾਸਤੇ, ਇਤਨੀ ਵਾਰੀ ਆਖੋ ਮੇਰੀ ਨੌਕਰੀ ਆਦੀਏ ਤੇਰਾ ਭੱਲਾ ਹੋਵੇ ਮੈਂ ਸ਼ਬੀਰ ਦੀ ਧੀਆਂ, ਵੈਣ ਤਾਂ ਹੋਵੇ ਜਿਹਦੇ ਤੇ ਰੁੱਲੀ ਹੋਈ ਸੈਣ ਦੀ ਮੋਹਰੇ, ਆਦੇ ਮਾਸੂਮਾਂ ਆ ਮੇਰੇ ਨੇੜੇ, ਮਾਦੀ ਲਖਨਵੀ ਅਦਬ ਲਿਖਣ ਵਾਲੀ ਹੱਦ ਕਰ ਦਿੱਤੀ, ਆ ਮਸੂਮਾ ਮੇਰੇ ਨੇੜੇ ਮੈਂ ਤੈਨ ਸਵਾਰ ਕਰਾਵਾਂ, ਦੀਏ ਹੱਥ ਨਾ ਲਾਵੀ ਮੈਂ ਸੈਯਦ ਆਜ਼ਾਦੀਆਂ
तेनो सईदां दी इज्जत दा पता है आदिए हाथ न लावे मैं छोटी बतूला मेरा चन माइक दी आवाज देवी मेरा दिल में नने गवेण समझावा किवें चढ़ से घोड़े दे सामने बैठी है केड़ा शिया जड़ा अदब ते रोंदा है ते केड़ा रिवायत है भाई वसीम सामने बह के हाथ बन के प्या दिए घोड़ा मैं यतीमा घोड़ा मैं रुली हो या हाय कर दे हो वे घोड़ा मेरा रह कोई नहीं गया वे घोड़ा मेरा सजाद शाम टुर गया मैं तेरी मिन्नत पे कर दिया जे मेरे प्यो दे मुर्त जेदनों जानना है ओ मैं गोटी ला जिवे मुर्त जेदा मुहर्रम नो लाई आई तुसा मातम शाबा 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 शोशिया शाबा शो मातमी ती लखवरिया खा मेरी नौकरी हद कर छड़ी ने लखवरिया खा ओ मैं गोटी ला जिवे मुर्त जेद लाई आई जेड़े वेले घोड़े गोटी लाइए हुण कोशिश कीती है सवार होवा माती लखनविया दे नहीं हो सकी ते कै वेले सजे वे दिए कै वेले खब्बे वे दिए आ सतर सुनावा कण पिछो वैण आया मैं कित कित रोवा जेड़ा हाथ बातमी दौरा मेरे अल वेखे आदि कौन है मैं तेरी जख्मी दादी बतूला बतूल दा नाम आया भला होवे हाय करण आले बतूल दा नाम आया आदिए दादी आ मैं तेनू अपना दर सुनावा नेड़े आके मसो मन वेख आदिए दादी कुर्बान चिट्टे हो गए नी आदिए दादी थोड़े भी ते लाजे चो गया न मैं सलाम पे करदा थोड़े भी ते लाजे चो गया न आदिए हा मैं प्यो दी बह बह के सनद चुनदी रहिया तुसा हाय कीती है जे सबंदे मातम न कीता नसीबे दादी दे गल बई पाईयां ते रो रो के आदिए कोल चार कदम दी आयो बेत आई रिया चलदा खंजा हाय हाय कुर्बान हो जावा हाय कुर्बान हो जावा जितनी बारी आखो अच्छा चलो जी लखवरी चाचा जितनी बारी आखो मेरी नौकरी है सवार दादी कराया घोड़े नाल भजना मैं नहीं पढ़िया तो मैं ताई नहीं पढ़िया माती लखनविया दिन सवार दादी कराया ते मेरी सैना क्या टोर वे घोड़ा जेड़े वेले काफले दे नेड़े आई है गल ओ दे ना ले जी दे घर धी मौजूद है जेड़े वेले काफले दे नेड़े आई है घोड़े तू लथी है अब्दुल्ला दा मैं पिछे टुरदा हुंदा ही मैं वेख्या मते हुण जावे बाबे आले पासे नहीं गई सजाद आले जावे नहीं गई पता ते तैन वी है जिदे गई है सब तू पहले भरदी होई ओथे गई जिथे गाजी दा सारा ही गाजी दे नेड़े खलो के ते मुंह कीता तो प्यो वाले पासे दसदी अब्बास नु पईए मुंह बाबे वाले पासे आई रोंदी है ते रो के आदिए धी रुल गई आ ओ बेच जंगला दे ओ इस मत दा पा कनगी ना मैनू छोटी जख्मी अली दियां दियां थोड़ा पुरसा कबूल।